ਸਰਸੇ ਸਾਧ ਵੱਲੋਂ ਇੱਕ ਲਾਂਬੂ ਲਾਇਆ ਗਿਆ ਸੀ ਕਿਉਂਕਿ ਜੇ 25 ਤਰੀਕ ਨੂੰ ਕੋਰਟ ਦਾ ਫੈਸਲਾ ਆਉਣਾ ਸੀ ਤੇ ਉਸ ਟਾਈਮ ਦੇ ਉੱਤੇ ਉੱਥੇ ਜਮਾਵੜਾ ਇਕੱਠਾ ਹੋ ਚੁੱਕਾ ਸੀ ਸਿਰਸਾ ਸਾਧ ਦਾ। 28 ਤਰੀਕ ਨੂੰ ਜਦੋਂ ਉਹਨੂੰ ਸਜ਼ਾ ਸੁਣਾਈ ਜਾਣੀ ਸੀ ਉਸ ਟਾਈਮ ਦੇ ਉੱਤੇ ਵੀ ਕਿਆ ਸਰਾਈਆਂ ਲੱਗ ਰਹੀਆਂ ਸੀ ਕਿ ਇਹ ਕੋਈ ਹੋਰ ਘਟਨਾ ਨੂੰ ਅੰਜਾਮ ਦੇ ਸਕਦੇ ਆ। ਅਜੇ ਉਹ ਕਿਤੇ ਨਾ ਕਿਤੇ ਉਹ ਘਟਨਾਵਾਂ ਠੰਡੀਆਂ ਨਹੀਂ ਸੀ ਪੈ ਰਹੀਆਂ ਤੇ ਇੱਕ ਘਟਨਾ ਜਿਹੜੀ ਕਿ ਪਰਸੋਂ ਦੀ ਗੱਲ ਹੈਗੀ ਆ ਘੁਮਾਣ ਵਿਖੇ ਵਾਪਰ ਚੁੱਕੀ ਆ। ਸਤਿਕਾਰ ਕਮੇਟੀ ਦੇ ਕੁਲ ਸਿੰਘ ਤੇ ਨੂਰ ਮੇਲੀਆ ਡੇਰੇ ਵੱਲੋਂ ਇੱਕ ਸ਼ਰੇਆਮ ਗੁੰਡਾਗਰਦੀ ਕੀਤੀ ਗਈ। ਗੁੰਡਾਗਰਦੀ ਕਿਤੇ ਹੋਈ ਬਿਲਕੁਲ ਥਾਣਾ ਜਿਹੜਾ ਕਿ ਘੁਮਾਉਣਾ ਦਾ ਸੀ 5 ਸੈਕਿੰਡ ਦਾ ਸਮਾਂ ਲੱਗ ਸਕਦਾ ਵਾ ਉਸ ਜਗ੍ਹਾ ਦੇ ਉੱਤੇ। ਅਕਾਲ ਚੈਨਲ ਦੀ ਟੀਮ ਨੇ ਜਿਹੜੀ ਤੁਸੀਂ ਪਹਿਲਾਂ ਕਵਰੇਜ ਦੇਖੀ ਸੀ ਉਹ ਉਸੇ ਜਗ੍ਹਾ ਦੀ ਸੀ ਕਿਉਂਕਿ ਉਸ ਜਗ੍ਹਾ ਦੇ ਉੱਤੋਂ ਕੇਵਲ 5 ਸੈਕਿੰਡ ਦਾ ਸਮਾਂ ਲੱਗਦਾ ਹੈਗਾ ਵਾ ਪੁਲਿਸ ਨੂੰ ਆਉਂਦਿਆਂ। ਨਾਕਾਮਯਾਬੀ ਕਿਹਦੀ ਸੀ? ਪ੍ਰਸ਼ਾਸਨ ਦੀ, ਕਿਉਂਕਿ ਉਹ ਦੁਕਾਨਦਾਰ ਵੀਰ ਭੈਣ ਭਰਾ ਜਿਨ੍ਹਾਂ ਨੇ ਵੀ ਗੱਲਬਾਤ ਕੀਤੀ ਉਹਨਾਂ ਇਹੋ ਹੀ ਕਿਹਾ ਹੈਗਾ ਕਿ ਇਹ 'ਚ ਪੁਲਿਸ ਪ੍ਰਸ਼ਾਸਨ ਵੀ ਬਰਾਬਰ ਦਾ ਜ਼ਿੰਮੇਵਾਰ ਹੈਗਾ, ਜੇ ਰੋਕਣਾ ਚਾਹੁੰਦਾ ਤਾਂ ਰੋਕ ਸਕਦਾ ਸੀ। ਜਦੋਂ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਆਨਾਕਾਨੀ ਹੀ ਕੀਤੀ, ਸਾਡੇ ਨਾਲ ਗੱਲਬਾਤ ਨਹੀਂ ਕੀਤੀ ਉਹਨਾਂ ਕਿ ਉੱਥੇ ਦੇ ਇੰਚਾਰਜ ਨਾਲ ਉਹਨਾਂ ਗੱਲ ਕੀਤੀ। ਉਹਨਾਂ ਕਿਹਾ ਮੈਂ ਛੁੱਟੀ 'ਤੇ ਸੀ, ਦੂਜਿਆਂ ਬੰਦਿਆਂ ਨਾਲ ਗੱਲ ਕਰਕੇ ਪਤਾ ਲੱਗ ਸਕਦਾ ਕਿ ਗੱਲ ਸੀ। ਜਦੋਂ ਉਹਨੂੰ ਪੁੱਛਿਆ ਗਿਆ ਕਿ ਇਹ ਕਾਰਵਾਈ ਜਿਹੜੀ ਹੋਈ ਸੀ ਤਾਂ 5 ਸੈਕਿੰਡ ਦਾ ਸਮਾਂ ਤੁਹਾਨੂੰ ਲੱਗਣਾ ਸੀ, ਤੁਹਾਨੂੰ ਰੋਕਣਾ ਚਾਹੀਦਾ ਸੀ, ਨਾ ਕਿ ਇਹਨੂੰ ਘਟਨਾ ਨੂੰ ਐਡਾ ਵੱਡਾ ਅੰਜਾਮ ਦਿੱਤਾ ਗਿਆ। ਉਹ ਕਹਿੰਦੇ ਕਿ ਸਾਡੇ ਬੱਸੋਂ ਬਾਹਰ ਹੋ ਚੁੱਕਾ ਸੀ ਕਿਉਂਕਿ ਇੱਕ ਪਾਸੇ 4-5 ਪੁਲਿਸ ਵਾਲੇ ਸੀ ਅਤੇ ਦੂਜੇ ਪਾਸੇ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਸੀ ਨੂਰ ਮੇਲੇ ਦੇ ਡੇਰਿਆਂ ਵੱਲੋਂ, ਅਤੇ ਨਾਲ ਸਤਿਕਾਰ ਕਮੇਟੀ ਦੇ ਵੀ ਕੁਝ ਸਿੰਘ ਉਹਦੇ ਵਿੱਚ ਸੀ ਕਿਉਂਕਿ ਸਤਿਕਾਰ ਕਮੇਟੀ ਵੱਲੋਂ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਪਿੰਡਾਂ ਦੇ ਵਿੱਚ ਉਹ ਪ੍ਰਚਾਰ ਕਰ ਰਹੇ ਸੀ। ਗੱਲਬਾਤ ਕਰਨ ਵਾਸਤੇ ਚਸ਼ਮਦੀਦ ਗਵਾਹ ਉਸ ਟਾਈਮ ਦੇ ਉੱਤੇ ਜਿਹੜੇ ਕਿ ਪੇਰੋਸ਼ਾਹ ਪਿੰਡ ਦੀ ਘਟਨਾ ਵਾਪਰੀ ਸੀ ਉੱਥੋਂ ਚੱਲ ਕੇ ਅਤੇ ਜਿਹੜੀ ਕਿ ਥਾਣੇ ਵਿਖੇ ਗੁੰਡਾਗਰਦੀ ਹੋਈ ਘੁਮਾਣਾ ਥਾਣੇ ਵਿਖੇ ਉੱਥੇ ਵੀ ਵੀਰ ਹਾਜ਼ਰ ਸੀ ਕਰਨਵੀਰ ਸਿੰਘ। ਪਹਿਲਾਂ ਫਤਿਹ ਦੇ ਸਾਂਝ ਪਾਉਂਦੇ ਵੀਰ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਪਹਿਲਾਂ? ਸਟਾਰਟਿੰਗ ਤੋਂ ਆਪਾਂ ਪੇਰੋਸ਼ਾਹ ਤੋਂ ਚੱਲਦੇ ਹਾਂ। ਪੇਰੋਸ਼ਾਹ 'ਚ ਤੁਸੀਂ ਜਦੋਂ ਪਹੁੰਚੇ ਹੈਗੇ ਤਾਂ ਉਹ ਤੋਂ ਪਹਿਲਾਂ ਤੁਸੀਂ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਕੀਤੀ ਸੀ? ਪ੍ਰਸ਼ਾਸਨ ਨਾਲ ਫੋਨ 'ਤੇ ਗੱਲਬਾਤ ਹੋਈ ਸੀ, ਉਹਨਾਂ ਨੇ ਆਖਿਆ ਕਿ ਅਸੀਂ ਪੁਲਿਸ ਵਾਲੇ ਭੇਜਦੇ ਹਾਂ, ਅਤੇ ਜਦੋਂ ਬਾਅਦ 'ਚ ਫਿਰ ਗੱਲਬਾਤ ਕੀਤੀ ਕਿ ਕੋਈ ਨਹੀਂ ਉੱਥੇ ਆਇਆ, ਫਿਰ ਬਾਅਦ ਵਿੱਚ ਇਹਨਾਂ ਜਿਨ੍ਹਾਂ ਲੜਕਿਆਂ ਨੂੰ ਫੜਿਆ ਸੀ ਇਹਨਾਂ ਨੂੰ ਫਿਰ ਸਾਡੇ ਸਿੰਘ ਲੈ ਕੇ ਗਏ ਉੱਥੇ ਪੁਲਿਸ ਥਾਣੇ। ਜਦੋਂ ਪੁਲਿਸ ਥਾਣੇ ਇਹਨਾਂ ਨੂੰ ਖੜਿਆ ਗਿਆ, ਇਹਨਾਂ ਨੇ ਰਸਤੇ ਵਿੱਚ ਕਿਤੇ ਆਪਣੇ ਪਹਿਲਾਂ ਹੀ ਫੋਨ ਕਰਤੇ, ਉੱਥੇ ਆਪਣੇ ਗੁੰਡੇ ਸੱਦ ਲਏ। ਜਦੋਂ ਅਸੀਂ ਉੱਥੇ ਪਹੁੰਚੇ ਹਾਂ ਤਾਂ ਪੁਲਿਸ ਵਾਲੇ ਨੂੰ ਅਸੀਂ ਜਾ ਕੇ ਪੁੱਛਿਆ ਕਿ ਭਾਈ ਤੁਸੀਂ ਇਹਨਾਂ ਨੂੰ ਕਿਉਂ ਛੱਡਿਆ? ਉਹਨਾਂ ਕੋਈ ਜਵਾਬ ਨਹੀਂ ਦਿੱਤਾ। ਅਸੀਂ ਇਹਨਾਂ ਨੂੰ ਫਿਰ ਜਾ ਪਹਿਲਾਂ ਛੱਡਤਾ ਤੁਹਾਡੇ ਜਾਣ ਤੋਂ ਪਹਿਲਾਂ ਛੱਡ ਅਸੀਂ ਅਜੇ ਉੱਥੇ ਪਹੁੰਚੇ ਹਾਂ ਅਤੇ ਜਾ ਰਹੇ ਸੀ, ਉਹਨਾਂ ਛੱਡਤਾ ਸੀ। ਗਏ ਤੁਹਾਡੇ ਨਾਲ ਸੀ ਜਿਹੜੇ ਉਹ ਮੁੰਡੇ ਜਾਂ ਤੁਸੀਂ ਫੜੇ ਸੀ ਨਾਲ? ਸਾਡੇ ਸਿੰਘਾਂ ਦੇ ਨਾਲ ਹੀ ਗਏ, ਪਹਿਲਾਂ ਸਿੰਘ ਕੁਝ ਨਾਲ ਗਏ, ਫਿਰ ਆਪਾਂ ਪਿੱਛੇ ਨਾਲ ਹੀ ਪਹੁੰਚ ਗਏ, ਥੋੜ੍ਹਾ ਜਿਹਾ ਫਰਕ ਪੈ ਗਿਆ ਰਸਤੇ 'ਚ ਜਾਂਦਿਆਂ। ਤੁਹਾਡੇ ਕਿੰਨੇ ਸਿੰਘ ਸੀ ਉੱਥੇ? ਸਾਡੇ 10-12 ਸਿੰਘ ਹੈਗੇ ਸੀ। ਹਾਂਜੀ, ਇਹਨਾਂ ਦੀ ਗੱਡੀ ਦੇ ਵਿੱਚ ਹੀ ਸਿੰਘ ਪਹਿਲਾਂ ਇਹਨਾਂ ਨੂੰ ਨਾਲ ਲੈ ਕੇ ਗਏ ਸੀ। ਅੱਛਾ, ਉਹ ਗੱਡੀ ਪਹਿਲਾਂ ਪਹੁੰਚ ਚੁੱਕੀ ਸੀ ਤੇ ਉਹ ਥਾਣੇ 'ਚ ਪਹੁੰਚ ਚੁੱਕੀ ਸੀ? ਪਹੁੰਚ ਚੁੱਕੀ ਸੀ ਉਹ, ਤੁਹਾਡੇ ਜਾਣ ਵੇਲੇ ਇਹ ਵਾਪਸ ਆਉਂਦੇ? ਹਾਂ, ਇਹ ਵਾਪਸ ਆ ਹੀ ਰਹੇ ਸੀ ਤੇ ਅਸੀਂ ਪੁੱਛਿਆ ਪੁਲਿਸ ਵਾਲੇ ਨੂੰ, ਉਹ ਕਹਿੰਦੇ ਕਿ ਅਸੀਂ ਇਹਨਾਂ ਨੂੰ ਛੱਡਤਾ ਵਾ। ਅਤੇ ਜਦੋਂ ਅਸੀਂ ਆਖਿਆ ਕਿ ਉਹ ਜਿਹੜੇ ਦਮਾਲੇ ਵਾਲੇ ਜਿਹੜੇ ਸ੍ਰੀ ਸਾਹਿਬਾਂ ਪਾ ਕੇ ਦਮਾਲੇ ਬੰਨ੍ਹ ਕੇ ਜਿਹੜੇ ਫਿਰ ਰਹੇ ਨੇ, ਮੰਨ ਲਓ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਹੁਣ ਚੱਲ ਜਾਣ, ਉਹਨਾਂ ਦਮਾਲੇ ਬੰਨ੍ਹੇ ਆ, ਸ੍ਰੀ ਸਾਹਿਬਾਂ ਪਾਈਆਂ ਵਾ, ਅਤੇ ਬੇਅਦਬੀ ਕਰਦੇ ਨੇ, ਕੱਲ੍ਹ ਨੂੰ ਫਿਰ ਕੌਣ ਪੁੱਛੂਗਾ? ਅਸੀਂ ਕਿਹਾ ਉਹ ਬੰਦਿਆਂ ਨੂੰ ਇੱਥੇ ਸੱਦਣ ਵਾਸਤੇ ਇਹਨਾਂ ਨੂੰ ਇੱਥੇ ਲੈ ਕੇ ਆਏ ਹਾਂ, ਉਹ ਬੰਦਿਆਂ ਨੂੰ ਪਹਿਲਾਂ ਸੱਦੋ ਤੇ ਫੇਰ ਕਿੱਥੇ ਚਲੇ ਗਏ ਸੀ ਜਦੋਂ ਪੇਰੋਸ਼ਾਹ ਤੋਂ ਤੁਸੀਂ ਮਿਲੇ ਸੀ? ਇਹ 4 ਜਣੇ ਫੜੇ ਤੇ ਉਹ ਬੰਦੇ ਕਿੱਥੇ? ਉਹ ਬੰਦੇ ਪਹਿਲਾਂ ਹੀ ਕਿਤੇ ਸਾਈਡ ਤੇ ਹੋ ਗਏ ਵੇਖ ਕੇ, ਤੁਹਾਨੂੰ ਵੇਖ ਕੇ? ਹਾਂਜੀ, ਤੇ ਅਸੀਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹੋ ਕਿਹਾ ਸੀ ਕਿ ਭਾਈ ਪਹਿਲਾਂ ਉਹ ਬੰਦਿਆਂ ਨੂੰ ਸੱਦੋ, ਇਹ ਮਤਲਬ ਕੀ ਕਰ ਰਹੇ ਆ ਗੁਰੂ ਘਰ ਦੇ ਵਿੱਚ ਜਾ ਕੇ ਅਨਾਉਂਸਮੈਂਟਾਂ ਕਰਾ ਕੇ ਆ ਕੰਮ ਕਿਉਂ ਕਰਨ ਰਹੇ ਆ? ਤੇ ਜਦੋਂ ਅਨਾਉਂਸਮੈਂਟ ਕਰਵਾਈ ਜਾ ਰਹੀ ਸੀ ਕਾਦੀ, ਮਤਲਬ ਇਹ ਆਪਣਾ ਕੋਈ ਪਤਾ ਨਹੀਂ ਕਹਿਣ ਡੇ, ਅਸੀਂ ਕੈਂਪ ਲਾਉਂਦੇ ਆ ਤੇ ਉਹਦੇ, ਹਾਂ, ਨੂਰ ਮਹਿਲੀ ਡੇਰੇ ਵੱਲੋਂ ਉਹਨਾਂ ਨੇ ਆਪ ਦੱਸਿਆ ਵਾ। ਹਾਂਜੀ, ਤੇ ਉਹਦਾ ਕੈਂਪ ਦਾ ਕੋਈ ਪ੍ਰਚਾਰ ਕਰ ਰਹੇ ਤੇ ਗ੍ਰਾਹੀ ਕਰ ਰਹੇ। ਹਾਂ, ਤੇ ਤੁਹਾਡੇ ਨਾਲ ਕੀ ਗੱਲਬਾਤ ਹੋਈ? ਜਿਹੜੇ ਮੁੰਡੇ 4 ਤੁਸੀਂ ਨਾਲ ਲੈ ਕੇ ਆਏ ਸੀ ਉਹਨਾਂ ਨਾਲ ਤੁਹਾਡੀ ਕੀ ਗੱਲਬਾਤ ਹੋਈ ਇਸ ਟਾਈਮ? 4 ਮੁੰਡਿਆਂ ਨਾਲ ਤੇ ਗੱਲਬਾਤ ਉਦੋਂ ਕੀਤੀ ਗਈ ਉੱਥੇ ਕਿ ਉਹ ਕਹਿੰਦੇ ਆਪਾਂ ਦੱਸਨੇ ਆ ਉਹ ਬੰਦਿਆਂ ਨੂੰ ਵੀ ਸੱਦਨੇ ਆ, ਤੇ ਜਦੋਂ ਉਹਨਾਂ ਨੂੰ ਇਹ ਗੱਲ ਕਹੀ ਉਹਨਾਂ ਫੋਨ ਉਹ ਬੰਦਿਆਂ ਨੂੰ ਨਹੀਂ ਕੀਤੇ ਨਾ ਆਪਣੇ ਮੁੰਡੇ ਦੂਜਿਆਂ ਨੂੰ ਫੋਨ ਕਰ ਲਏ, ਉਹ ਪਹਿਲਾਂ ਹੀ ਉਸ ਨੂੰ ਲਗਭਗ ਕੋਈ 30 ਜਣੇ ਇਕੱਠੇ ਹੋ ਚੁੱਕੇ ਸੀ ਸਾਡੇ ਜਾਣ ਚੁੱਕੇ। ਹਾਂ, ਜਦੋਂ ਅਸੀਂ ਕਿਹਾ ਕਿ ਭਾਈ ਇੱਧਰ ਆਓ ਪਹਿਲਾਂ ਉਹ ਬੰਦਿਆਂ ਨੂੰ ਸੱਦੋ, ਜਦੋਂ ਇੰਨੀ ਗੱਲ ਕੀਤੀ ਇਹ ਅੱਗੋਂ ਔਖੇ ਹੋਏ, ਇਹ ਲੜੇ, ਫਿਰ ਆਪ ਦੇ ਵਿੱਚ ਭੇਡ ਉੱਥੇ ਸ਼ੁਰੂ ਹੋ ਗਈ। ਜਿੱਥੇ ਤੁਹਾਡੀ ਲੜਾਈ ਹੋਈ ਸੀ ਪੁਲਿਸ ਥਾਣਾ ਕਿੰਨੀ ਦੂਰ ਸੀ ਉੱਥੋਂ? ਉਹ ਲੱਗੇ ਸੀ ਕੋਈ ਜ਼ਿਆਦਾ ਦੂਰ ਨਹੀਂ, ਉਹਦੀ ਗਲੀ ਦੇ ਵਿੱਚ। ਕਿੰਨੇ ਸਕਿੰਟ, ਕਿੰਨੇ ਮਿੰਟ, ਕਿੰਨੇ ਘੰਟੇ ਲੱਗਦੇ ਉੱਥੋਂ? ਮਿੰਟ ਦੀ ਕੋਈ ਗੱਲ ਨਹੀਂ, ਸਕਿੰਟ ਦੀ ਗੱਲ ਲਾ ਲਓ, 5-10 ਸਕਿੰਟ ਕੀ ਨਾਲ ਹੀ। ਹਾਂ, ਨਾਲ ਸਾਹਮਣੇ
गलबात हो रही थी तो सारा कुछ तो जो थोड़े इन्ना ज़्यादा आप गल करते हैं क्योंकि वीडियो जी वायरल हुई भी आ रहा है कि कृपाना चलदिया वा डांक फ्रोटे चलते है गड्डिया भनिया जाती है उस टाइम तो तुम कितने उस टाइम तो मैं उत्थे ही वेखो जी सारा कुछ होया सैल फैंस वास्ते असी आप रुके भी वार इन्हें ही हाडे उत्ते चढ़ गए तीन चार जने मैनू पै गए होर भी सिंघा हाडे दस्तारा भी लसियां इन्होंने बेअदबी भी की होर भी बड़े काम किए इन्हें फिर हाडिया गड्डिया भनिया उदी वे सकते वो वीडियो तो आ भी गई है ना फिर इन्हें शरेआम उसे गुंडागर्दी की रोड़े मारे तो प्रशासन लागे खड़े उन्हें कुछ नहीं किया ने रोकन दी कोशिश भी नहीं की दोनों तरह नहीं कुछ नहीं किया हवाई फायर जां डांक सोटा कुछ नहीं किया गया उन्हें हाँ जी अज तुसी की मंग करते हैं क्योंकि इस टाइम के परचे जो है सत्कार कमेटी के लगभग 22 बंदे जो कि 9 जने के उत्ते नाम के परचे दर्ज हो गए कुछ वैसे उन्होंने पछाते बंदे वेखो जी आप यो ही चाहते हैं कि वेखो हाडे सिंघा वालों भी ये कार्रवाई की जा रही है कि इन्होंने जो कुछ भी किया वा गलती इन्हों की ते प्रशासन नूं चाहिए वो सगो इन्हों गिरफ्तार कर हाडे बंद तंग कर रहे इकट्ठे होने चालू हो गए थे पुलिस ने उदों कोई कार्रवाई नहीं की जो पहले जमावड़ा इकट्ठा हो रहा उ जो लाम लश्कर इन्हों का नहीं इन्हें कुछ नहीं किया जो थाने गए थे उदो नाल हाँ जी मैं उसे लागे ही जो थाने इन्हों लै गए आप पिछे आ गए इन्हों लगभग थोड़ा फर्क जरूर पिया ही पर उदो मैं तुम्हें कह रहा कि इन्हों छता ही जो अं पहुंचे हाँ उड्डा वगैरह लगी है हाँ जी आ मेरे इतने ना कृपान मारी गई बलवंत सिंह वालों पुत्र दयाल सिंह मैं अगे हाथ किया जगह भी उतो के लागे के पिंड बाद कट्ठे हुए लागे लागे पिंड है लागे लागे पिंड कट्ठे हुए लागे वह लागे पिंड कुछ जे दूजे ही भी कोई कह रहे कि दूर के भी कुछ बंदे कुछ लागे पता लगा कि सारे ही नूर मेले के समर्थक हाँ नूर मेले के समर्थक जी वो आप मन डे हाँ उन्होंने आप मनिया वा तो ये पहली गल के फिर दमाल लागे बन के सिरी साहबा पा के क्यों ये काम डे कर लगता नहीं कि पंजाब नूं फिर लांबू लाया जा रहा है एक पासे सिरसे साध की गल करते हैं अजे वो तो किसी पासे जे केस हल नहीं हो रहे अजे पता नहीं लग रहा साध नूं सज़ा भी हो चुकी आ उहदे पैरोकार जिहड़े अजे कदी कितों अफवाहां उड़दियां हैगियां कदी कितों तो दूजे पासे अज गल करते हैं तो जिहड़ा कि इह डेरे ते भी पाबंदी कह सकते हैं पर यह जिहड़े लाम लश्कर लैके पिंडां दे विच जांदे आ उहनूं रोकण वास्ते तुसीं कीता देखो जी इन्हां नूं रोकना चाहिए ये प्रशासन का काम है जी अज राम रहीम दा इन्हां ने वेख ही चुके आ जे कल नूं फिर इन्हां नूं जदों पता लगा इन्हां ने इहदे उत्ते भी इह काम करना पर उस तों पहलां कि उहदी पावर वध जे वेखो उह थड़दे लैवल ते काम कर रहे आ उह थड़दे लैवल दे विच लोकां नूं अपने नाल जोड़ के कल नूं फिर इहो काम करनगे उदों फिर तुसीं पुलिस लाओगे जिवें उत्थे पंचकूला दे विच इन्ने जणे मरे आ उह फिर काम इत्थे पंजाब 'च हालात माड़े होणगे इस तों पहलां कि इन्हां नूं पहलां रोकिया जाए जे ना रोकिया गया आउण वाले समें दे विच स्थिति जिहड़ी उह माड़ी हो सकदी है बिल्कुल जी डेरावाद कित ना कि माड़ा ही हो रहा है क्योंकि डेरेवाद की गल करते हैं सिरसे साध तो बाद आ जी घटना वापरी हैगी केवल 2 दिन हो चुके अज तीसरा दिन लगभग परसों शाम की घटना से अज तीसरा दिन सत्कार कमेटी के सिंगा के परचे दर्ज हुए अजे दूजी साइड तो शायद कोई परचा नहीं दर्ज होया कोई तुहाडे बयान वगैरह दर्ज होए कोई नहीं बयान अजे तक नहीं अज हो सकता हो अच्छा कोई तुहानू मैसेज आया कि बयान वगैरह होने तुहाडे नहीं अजे तक नहीं कोई होर पुलिस वाला कोई कार्रवाई की कि तुहाडे कोई आया नहीं नहीं पुलिस वाले उदा हाडे लागे है गए कार्रवाई तौर पर अजे मतलब चल रहा काम अच्छा कोई कार्रवाई नहीं हुई हाँ जी हाँ गलबात करते हैं होर भी साढ़े वीर जी जुड़ चुके हैं पुछते हैं की शुभ नाम थोड़ा जी मेरा नाम त्रिलोचन सिंह सोहल है जी श्री गुरु ग्रंथ साहिब सत्कार कमेटी गोगोबुआ तो मैं सेवादार हाँ जी की कहना चाहोगे नित दियां घटनावां एक पासे सिरसे साध की गल करते हैं वो तो अजे अग ही लगी हैगी दूजे पासे एक लांबू होर ला दिता गया पंजाब नूं ते नौजवान पीढ़ी नूं उस वल तक लिया जा रहा मैं ये कहना चाहना भी कल जदों इस स्थिति का सानू कल रात पता लगा बलबीर सिंह मुछल दे नाल साडी गल हुई फोन ते भी इस तरह जिहड़े इस परावे दे विच नूर महल दे डेरे वालों पैरोकारों वालों गुरु घरां दे विच आण के अनाउंसमेंट करा के पिंडां दे विचों ग्राही की जा रही है जो कि इन्हां दा अकाल तख्त साहिब तों इन्हां ते पाबंदी लगी हुई है असीं ते हैरान रह गए भी ये जिहड़े लोग आ ये किस तरीके दे नाल साडे कोल पैसा भी इकट्ठा करके साडा ये शोषण करदे आ साढ़े ही गुरसिखा के घर तो अनाउंसमेंट करा के गुरु घर के कार भेटा कट्ठी करके तो साढ़े तो ही मुड़ के जिहड़ियां वा वरती जा रही है तो ज सानू गमराह किया जा रहा कि जिहड़ा प्रशासन आ वह सुता पिया है ये लोग जिहड़े आ परावा इन्होंने डेरे कि मानते परावा कि पाया वा फिर ये सिंघा ने बड़ी संजीदगी दे नाल जिहड़ा वा जदों इन्हां नूं पता लगा कि नूरमहल वाले आ पहले किसी नूं दसदे नहीं कि असीं नूरमहल डेरे तो आए हैं
ये उस तरह ग्राही करते गुरसिखा के घर इन्होंने 100-100, 200-200 रुपया जो ग्राही की वो भी असं पता कर लिया जो सूँ पता लगा सिंह सट्टा लगिया ही कल दे नाल इन्हां दे आए हैं कल ही फिर एस एस पी साहब न मिले वो सानू कहिंदे एस एस पी साहब कहन लगे भी इन्हां नूं सानू दसना चाहिए सीगा असीं आख्या भी जदों सिंघां नूं पता लगा उन्हां नूं उन्होंने इन्हां नूं पुछ के पुछ दस करके भी तुसीं कित्थों आए आ इन्हां नूं पुलिस थाने लिआंदा जी जदों थाने लिआंदा तां पुलिस दा फर्ज बनदा सी। पहलां दस्सी हैगी कि असीं प्रशासन नूं वी गलबात कीती सी प्रशासन ने कहा कि तुहानूं बंदे भेजदे आ पर बाद च उन्हां ने कह दित्ता कि इह बंदिआं तुसीं फड़ के आप ही इत्थे लैओ। हाँ जी ये इन्हां दे दसन मुताबक सीगा कि जदों इन्हां ने फोन किया पुलिस नूं भी इत्थे आ बंदे जिहड़े आ इह ग्राही करदे फिरदे आ ते इन्हां नूं तुसीं आओ पुलिस उत्थे पहुंची नहीं मुड़ के आप ही उत्थे दो धर जिहड़े आ थाने आ गए इन्हां बुला लिया गया मुड़ के जदों थाने बुला के तो उन्हां नूं बिठा लिया तो इन्हां नूं भेज दिता गया वा तो मुड़ के 2-4 मिनट बाद ही जिहड़ा वा उन्हां नूं छड्ड दिता गया उत्थों कोई कॉल आउण ते जदों उन्हां नूं छड्ड दिता गया इन्हां नूं पता लगा भी सानूं सैटिस्फाई नहीं कराई सानूं इन्हां नूं पुछया नहीं गया भी तुसीं क्यों ग्राही करदे आ जदों पुछया नहीं गया इन्हां नूं छड्डिया क्यों आ इह पुछण वास्ते जदों उत्थे आया तो उन्हें जदों इन्हां दीआं गड्डियां बाहर दिखाईआं उन्हां ने 25-30 बंदे जिहड़े आ उह गुंडे बुलाए सी वह इन्हों गड्डियां भन लग पे जो 2-3 सिंह बाहर निकले वो इन्हें गल पै गए इन्हों सटा पेटा फिर उत्थे जी आपसी जो टकरा जो हो लापरवाही प्रशासन की है ये साफ सुथरी गल है तो राती साड़ी एस एस पी साहब ना भी गल हुई सी तो उन्होंने कहा असं उन्होंने कहा है कि जी 307 का परचा दर्ज इन्होंने किया अजय कि उन्होंने रिजल्ट उन्होंने भी एक्सरे होने वाले आ जो उन्होंने एक्सरे हो कोई रिपोर्ट नहीं आई इन्हों 307 दर्ज करती वो किमें करती जे के मान लो उन्होंने की शरेआम यह भी पता वा पुलिस के सामने झगड़ा आ कि सत्कार कमेटी के सिंह से भी पर सट्टा लगियां वो भी दाखिल ने कि फिर उन्होंने कार्रवाई क्यों नहीं की गई एक पासे कार्रवाई तुहानू क्यों लगदा दबा। हाँ जी सानू लगता कि ये कोई ना कोई जिहड़ा वा दबाव वा कि सरकार दा वा जां प्रशासन जिहड़ा वा कोई साडे नाल जिहड़ी आ कोई आड़फास कढ रिहा कि ये सानू इस गल दी समझ नहीं आई। बाबाबाद नूं हमेशा ही सरकारां दीआं छैं रहीआं वा जे आपां सरसेवाल दी गल करदे आ जे नूर मेले दी गल करदे ते होर वी बाबाबाद जिन्ना वी लगभग अपना फैल चुका हुण जे सरसेवाले वल वेखदे आ ते इस टाइम दे उत्ते सारे पिछे हट रहे उहदे उत्तों तुहानू लगदा नहीं कि किते ना किते नुकसान जदों करदा उदों सरकारां साडीआं जागदीआं वा पहलों ही नुकसान करवा लैंदीआं बहुत ज्यादा। मैं तो समझता वा भी जिहड़ियां सरकारां वा आम लोगों का शोषण करवाउण वास्ते इन्हां दा जिहड़ा बहुत वड्डा मैं समझदा भी योगदान ही है ये उन्हां नूं कट्ठियां करके उन्हां को अपना फायदा लैंदे आ वोट बैंक बनाउंदे आ वोट बैंक बना के तो जिहड़े आम लोग गरीब लोग ने उन्हां नूं नजायज़ उन्हां दी दुरवरतों जिहड़ी उह कीती जा रही ते उन्हां दे जिम्मेवार ये सरकार ही है ये करा रहे आ जाणबुझ के करवाउंदे आ ते जदों आखिरकार पर्दा फाश हो जांदा वा उदों इन्हां नूं पता लग जांदा भी साडे सिर तों पाणी लंघ गया ते उदों बाद जिहड़ा वा फिर भी ये जतन करदे आ फिर भी जतन करदे रहिंदे उन्हां नूं बचाउण दा फिर भी जिहड़े कोर्ट आ जां कोई कचहरियां कानून आ फिर इन्हां नूं कुछ ना कुछ जिहड़ा वो करना पैंदा पर आपां नूं इन्ना पता लगदा भी इन्हां दे किते ना किते इन्हां दा जिहड़ा संजोग दित्ता ही आ रिहा वा पर उदों नूं तां बहुत नुकसान हो चुका हुंदा वा जे अज गल करदे आ दो साधवियां जिहड़ियां कि दोवां कुड़ियां ने एक 15 साल लगभग एक केस लड़िया सी उह केस लड़न तों बाद च उहनूं सौदा साध नूं सज़ा हुंदी आ उस तों बाद च किन्ने केस अजे होर भी निकल रहे उहदे विच हो सकदा उहनूं होर भी सज़ावां हो जाणियां वा पर उदों ते बहुत लंबा समां हो चुका हुंदा ते उदों ते बहुत कौमां दा नुकसान इह नहीं कि निरा उहने एक सिख कौम नूं टारगेट कीता सी सरसा साध ने होर भी कईआं कौमां नूं टारगेट कीता सी ते अज नूर मेले दी जिहड़ी गलबात हो गई आ कल शरेआम जिहड़ी परसों की गुंडागर्दी दा नंगा नाच होया जी सर तुसीं उत्थों जाके ते उत्थों दी पब्लिक है जिहड़ी दुकान मैं तुहाडी गल रोकदा मैं कल गए सी आपां उह दुकानदारां वीरां नाल जिहड़ी गलबात कीती सी अकाल चैनल दे माध्यम राहीं उह संगत नूं ही दिखा चुके आ कि हर एक ने प्रशासन नूं कोसिया सी उत्थे उहनां ने कहा सी कि इहदे च प्रशासन ढिल्ला सी प्रशासन जे उह अपनी पकड़ मजबूत करदा ते इह कृपाना ना चलदियां इन्नी पत्थरबाजी ना हुंदी इह कल सारा दिन उत्थे अकाल चैनल दी टीम ने सारी कारवाई पता कीता सी पर सर हैरानगी दी गल कि उदों प्रशासन ढिल्ला रहा ते जदों इहनां दे सिंघां दे उत्ते कार्रवाई करनी है तो मिनटों मिनट 307 का परचा दर्ज किया गया जे आके बिना रिजल्ट नूं किया गया वा कि इन्हां दा रिजल्ट आउण ते भी उन्हां दा कार्रवाई दो तरह की की जाती रिजल्ट आउण ते परचा दर्ज जिहड़ी आ उह तारा लगनी चाहीदी सी कोई नहीं हाँ कोई नहीं रिजल्ट आया उन्हां दा रिजल्ट वह भी इत्थे नहीं एक वार्ड दे विच वह भी दाखिल ने जिहड़ी आपां गल करदे आ डेरावाद दी इह सारे इह ते गल साफ सुथरी आ कि जे अज भी जे नूर महल दे विच जा के वेख्या जावे तो जो उत्थे शोषण हो रहा वा की इह सरकारां नूं पता नहीं आ की कुछ हो रहा जिहड़ा वह बंदा वा जिहड़ा वह कदों दा मर चुका उहनूं फ्रिज दे विच लाया की ओनू कित बने जोड़ा शरीर वो लाया नहीं जा सकता ये क्यों नहीं किया क्यों उन्होंने ढिल की जा रही है ये जाणबुझ के सरकार ही जिम्मेवार अं तो समझते हैं भी जिहड़ियां गुरसिख संगत वा वह रल के तो सचेत होण जिवें मान लो पिंडां दे विच ये लोग जिहड़े आ पखा अपना परावा बदल के तो ग्राहियां करके साढ़े पैसे की लुट खसुट कर रहे हैं तो अपने ते ही वरतते हैं मुड़ के तो आपां नूं सचेत होना चाहिए जे कि कोई इहो जिहे बंदियां दा टोला कित मिलता वा तो उन्होंने फड़ के तो प्रशासन के हवाले करना चाहिए जेकर प्रशासन कोई कार्रवाई नहीं करता तो फिर मीडिया के नाल जिहड़ा वा संजोग लैके तो कोई ना कोई कार्रवाई जिहड़ी इन्हां ते करनी चाहिए।
ਬਿਲਕੁਲ ਜੀ, 21ਵੀਂ ਸਦੀ ਦੇ ਵਿੱਚ ਪੈਰ ਰੱਖਿਆ ਹੈਗਾ ਅਤੇ ਅਸੀਂ ਉਸੇ ਬਾਬਾਬਾਦ ਨੂੰ ਮੰਨੀ ਜਾ ਰਹੇ ਹਾਂ ਅਤੇ ਉਹਨਾਂ ਡੇਰਿਆਂ ਨੂੰ ਮੰਨੀ ਜਾ ਰਹੇ ਹਾਂ ਅਤੇ ਉਹ ਲਾਸ਼ਾਂ ਜਿਹੜੀਆਂ ਕਿ ਅੰਦਰ ਰੱਖੀਆਂ ਗਈਆਂ ਹੈਗੀਆਂ, ਕਿਹਾ ਜਾ ਰਿਹਾ ਕਿ ਸ਼ਾਇਦ ਉਹ ਬਾਬੇ ਨੇ ਅਜੇ ਪਹੁੰਚਣਾ ਹੈਗਾ, ਇਹ ਸ਼ਾਇਦ ਉਸੇ ਨੂੰ ਉਡੀਕ ਰਹੇ ਆ ਅਤੇ ਉਹਦੇ ਵਾਸਤੇ ਸ਼ਾਇਦ ਗ੍ਰਾਹੀਆਂ ਹੋ ਰਹੀਆਂ, ਜਿਹੜੀਆਂ ਕਿ ਕੱਲ੍ਹ ਪਰਸੋਂ ਦੀ ਗੱਲ ਹੈਗੀ ਪੀਰੋ ਸ਼ਾਹ ਦੇ ਵਿੱਚ ਘਟਨਾ ਵਾਪਰੀ ਸੀ। ਵੀਰ ਜੀ ਨੇ ਸ਼ਰੇਆਮ ਦੱਸ ਚੁੱਕੇ ਆ ਕਿ ਜਦੋਂ ਰੋਕਿਆ ਗਿਆ ਘਟਨਾ ਤੋਂ ਅੰਜਾਮ ਦੇਣ ਤੋਂ, 4 ਜਾਂ 5 ਜਣੇ ਨਾਲ ਸੀ, ਉਹ ਗਏ ਵੀ ਹੈਗੇ ਨਾਲ ਉੱਥੇ, ਪਰ ਉਦੋਂ ਤੱਕ ਉਹ ਵੱਡਾ ਜਮਾਵੜਾ ਇਕੱਠਾ ਹੋ ਜਾ ਸਕਿਆ। ਉਹ ਜਮਾਵੜਾ ਜਿਹੜਾ ਇਕੱਠਾ ਹੋਇਆ ਸੀ ਉਹ ਬਹੁਤ ਨੁਕਸਾਨ ਕਰ ਚੁੱਕਾ ਸੀ, ਉਹ ਤੋਂ ਬਾਅਦ 'ਚ ਇੱਕ ਲੜਾਈ ਝਗੜਾ ਹੋਇਆ ਸਤਿਕਾਰ ਕਮੇਟੀ ਦੇ ਸਿੰਘਾਂ ਦੇ ਵਿੱਚ ਅਤੇ ਉਹਨਾਂ ਦੇ ਨੂਰ ਮੇਲਿਆਂ ਦੇ ਚੇਲਿਆਂ ਦੇ ਵਿੱਚ। ਸੁਖਵਿੰਦਰ ਸਿੰਘ ਚੋਣੇ ਜਿਹਦੇ ਉੱਤੇ ਕਿ ਪਰਚਾ ਦਰਜ ਹੈਗਾ ਵਾ ਸਤਿਕਾਰ ਕਮੇਟੀ ਵੱਲੋਂ, ਸਿੰਘ ਸਾਡੇ ਨਾਲ ਜੁੜ ਚੁੱਕੇ ਆ, ਪਹਿਲਾਂ ਫਤਿਹ ਸਾਂਝ ਪਾਉਂਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜ੍ਹਾ ਜਿਹਾ ਇਹਦੇ ਬਾਰੇ ਦੱਸੋ ਕਿ ਪੀਰੋ ਸ਼ਾਹ ਵੇਖੇ ਕੀ ਘਟਨਾ ਵਾਪਰੀ ਸੀ ਅਤੇ ਉਹ ਤੋਂ ਬਾਅਦ 'ਚ ਤੁਹਾਡੇ ਨਾਲ ਕੀ ਗੱਲਬਾਤ ਹੋਈ? ਅਸੀਂ ਜੀ ਇੱਕ ਸਿੰਘ ਦੇ ਆਨੰਦ ਕਾਰਜ 'ਤੇ ਪਹੁੰਚੇ ਸੀ, ਕਾਫੀ ਸਿੰਘ ਹੋਰ ਵੀ ਉੱਥੇ ਆਏ ਸੀ ਅਤੇ ਪਿੰਡਾਂ ਤੋਂ ਗ੍ਰੰਥੀ ਸਿੰਘਾਂ ਦੇ ਫੋਨ ਆ ਰਹੇ ਸੀ ਵੀ ਇਹ ਪਿੰਡਾਂ ਵਿੱਚ ਜਿਹੜੇ ਆ ਕੁਝ ਬੰਦੇ ਸਿੱਖੀ ਲਿਬਾਸ ਵਿੱਚ ਅਤੇ ਕੁਝ ਮੋਨੇ ਵੀ ਆ ਅਤੇ ਉਹਨਾਂ ਨੇ ਟੀ ਸ਼ਰਟਾਂ ਪਾਈਆਂ ਹੋਈਆਂ ਵਾਂ ਅਤੇ ਮਤਲਬ ਦਸਤਾਰਾਂ ਵੀ ਸਜਾਈਆਂ, ਕਈਆਂ ਨੇ ਸ੍ਰੀ ਸਾਹਿਬ ਵੀ ਪਾਏ ਹੋਏ ਆ ਅਤੇ ਉਹ ਪਿੰਡਾਂ 'ਚ ਆ ਕੇ ਲੋਸ ਮਿੰਟਾਂ ਕਰਾ ਕੇ ਅਤੇ ਕੁਝ ਪੈਸੇ ਮੰਗ ਰਹੇ ਕਿ ਅਸੀਂ ਕੈਂਪ ਲਵਾਉਣੇ ਆ ਅਤੇ ਇਹ ਕਲੀਅਰ ਨਹੀਂ ਸੀ ਹੋ ਰਿਹਾ ਕਿ ਮਤਲਬ ਇਹ ਕਿਹੜੀ ਸਿੱਖ ਜਥੇਬੰਦੀ ਵੱਲੋਂ ਆ ਜਾਂ ਕੌਣ ਆ ਅਤੇ ਲੋਕ ਗੁੰਮਰਾਹ ਜਿਹੇ ਹੋਏ ਸੀ, ਸੰਗਤ ਵੀ ਜਿਹੜੇ ਗ੍ਰੰਥੀ ਸਿੰਘ ਵੀ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਲੋਸ ਮਿੰਟ ਕਰਨੀ, ਉਹਨਾਂ ਫਿਰ ਇੱਦਾਂ ਸਿੰਘਾਂ ਨੂੰ ਫੋਨ ਕੀਤੇ ਵੀ ਦੇਖੋ ਆ ਗਏ, ਇੱਦਾਂ 8-7 ਗੱਡੀਆਂ ਪਿੰਡਾਂ 'ਚ ਫਿਰਨ ਡੀਆਂ ਅਤੇ ਕੌਣ ਬੰਦੇ ਆਏ। ਫਿਰ ਜਦੋਂ ਸਿੰਘ ਉੱਥੋਂ ਕਾਫੀ ਆਏ, 1-1.5 ਘੰਟਾ ਫਿਰ ਵੀ ਲੱਗ ਗਿਆ ਆਉਂਦਿਆਂ ਸਫ਼ਰ ਰਾਹ 'ਚ ਕਾਫੀ, ਅਤੇ ਇੱਥੇ ਜਦੋਂ ਪਿੰਡ ਪੀਰੋ ਸ਼ਾਹ ਪਹੁੰਚੇ ਸਾਨੂੰ ਇੱਥੇ 2 ਗੱਡੀਆਂ ਮਿਲੀਆਂ, ਬਾਕੀ ਲਾਗਲੇ ਪਿੰਡਾਂ 'ਚ ਨਿਕਲ ਚੁੱਕੀਆਂ ਗੱਡੀਆਂ। ਕਿੰਨੀਆਂ ਗੱਡੀਆਂ ਦਾ ਪਤਾ ਲੱਗਿਆ ਤੁਹਾਨੂੰ? ਦੱਸਣ ਮੁਤਾਬਕ ਵੀ 7-8 ਗੱਡੀਆਂ ਇਹਨਾਂ ਦੀਆਂ ਪਿੰਡਾਂ 'ਚ ਘੁੰਮ ਰਹੀਆਂ ਸੀ, ਅਲੱਗ ਅਲੱਗ ਪਿੰਡਾਂ 'ਚ। ਅਤੇ ਉਹ ਜਿਹੜੇ ਸੀ ਅਸੀਂ ਮਤਲਬ ਪਿੰਡ ਪੀਰੋ ਸ਼ਾਹ ਜਾ ਕੇ ਇੱਕ ਘਰ ਵਿੱਚ ਇਹਨਾਂ ਨੂੰ ਮਿਲੇ ਉੱਥੇ, ਅਤੇ ਉੱਥੇ ਇਹਨਾਂ ਨੇ ਮਤਲਬ ਜਿਹੜਾ ਸਾਨੂੰ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ, ਇਹ ਪੂਰਾ ਕਲੀਅਰ ਨਹੀਂ ਸੀ ਦੱਸਦੇ ਪਹਿਲਾਂ ਵੀ ਕਿੱਥੋਂ ਆਏ ਕੀ ਆ। ਅਸੀਂ ਇਹਨਾਂ ਨੂੰ ਇਹੋ ਬੇਨਤੀ ਕੀਤੀ ਵੀ ਸਾਨੂੰ ਤੁਸੀਂ ਇਹ ਦੱਸੋ ਵੀ ਤੁਸੀਂ ਕਿਸ ਸੰਸਥਾ ਵੱਲੋਂ ਆਏ ਜੇ, ਅਤੇ ਬਾਕੀ ਜਿਹੜਾ ਤੁਹਾਡਾ ਇਹ ਅੰਮ੍ਰਿਤਧਾਰੀ ਸਿੰਘ ਵਾ ਤੁਹਾਡੇ ਨਾਲ, ਇਹ ਕਿਹੜੇ ਆ ਜਿਹੜੇ ਮਤਲਬ ਤੁਹਾਡੇ ਨਾਲ ਵਾ? ਜਦੋਂ ਇਹਨਾਂ ਨੇ ਦੱਸਿਆ ਕਿ ਅਸੀਂ ਨੂਰ ਮਹਿਲ ਵੱਲੋਂ ਹਾਂ, ਅਤੇ ਫਿਰ ਅਸੀਂ ਕਿਹਾ ਵੀ ਉਹ ਅੰਮ੍ਰਿਤਧਾਰੀ ਸਿੰਘ ਕਿੱਦਾਂ ਹੋ ਸਕਦੇ ਆ ਜਿਹੜੇ ਤੁਹਾਡੇ ਨਾਲ ਤੁਰੇ ਫਿਰਦੇ ਆ, ਅਤੇ ਅਸੀਂ ਕੈਂਪ ਲਾਉਂਦੇ ਹਾਂ, ਇੱਦਾਂ ਕਰਦੇ ਹਾਂ। ਉਹਦੇ ਤੋਂ ਬਾਅਦ ਫਿਰ ਇਹਨਾਂ ਨੂੰ ਮਤਲਬ ਅਸੀਂ ਸੰਗਤ ਵੀ ਉੱਥੇ ਇਕੱਠ ਇਕੁੱਠ ਹੋਇਆ ਸੀ ਪਿੰਡ ਦੇ 'ਚ, ਉੱਥੋਂ ਅਸੀਂ ਆਖਿਆ ਵੀ ਚਲੋ ਇਹਨਾਂ ਨੂੰ ਘੁਮਾਉਣ, ਪੁਲਿਸ ਨੂੰ ਫੋਨ ਕੀਤਾ ਅਤੇ ਉਹ ਕਹਿੰਦੇ ਅਸੀਂ ਪੁਲਿਸ ਭੇਜ ਦਿਓ, ਉਹਨਾਂ ਭੇਜੀ ਨਹੀਂ, ਪਰ ਅਸੀਂ ਵੇਟ ਕਰਕੇ ਅਤੇ ਇਹਨਾਂ ਨੂੰ ਕਿਹਾ ਤੁਸੀਂ ਗੱਡੀ ਲੈ ਕੇ ਉੱਥੇ ਪਹੁੰਚੋ, ਨਾਲ 1-2 ਸਿੰਘ ਭੇਜ ਦਿੱਤੇ। ਬਾਅਦ ਵਿੱਚ ਮਗਰੇ ਸਿੰਘ ਜਿਹੜੇ ਸੀ ਇਹਨਾਂ ਦੇ ਬਾਕੀ ਸਿੰਘ ਵੀ ਜਿਹੜੇ ਜਾ ਰਹੇ ਸੀ, ਅਤੇ ਇਹ ਥੋੜ੍ਹੇ ਜਿਹੇ ਉਹ ਪਹਿਲਾਂ ਚਲ ਗਏ ਆ, ਜਦੋਂ ਉਹ ਪਹਿਲਾਂ ਚਲ ਗਏ ਅਤੇ ਬਾਕੀ ਸਿੰਘ ਜਿਹੜੇ ਬਾਅਦ 'ਚ ਗਏ ਆ, ਅਤੇ ਉਹ ਜਾਂਦਿਆਂ ਨੂੰ ਇਹਨਾਂ ਨੇ ਆਪਣੇ 30-40 ਗੁੰਡੇ ਬੁਲਾਏ ਹੋਏ ਸੀ। ਜਦੋਂ ਅਸੀਂ ਉਹ ਥਾਣੇ 'ਚ ਬਾਹਰ ਗੱਡੀਆਂ ਖੜੀਆਂ ਕੀਤੀਆਂ ਅਤੇ ਉਤਰੇ ਆ ਅਤੇ ਵੇਖਿਆ ਅਤੇ ਉਹ ਉਤਰਨ ਤੋਂ ਵਾਪਸ ਵੀ ਆ ਰਹੇ ਆ, ਅਤੇ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਪੁਲਿਸ ਨੂੰ ਕਿਹਾ ਵੀ ਇਹਨਾਂ ਨੂੰ ਤੁਸੀਂ ਭੇਜ ਵੀ ਦਿੱਤਾ ਅਤੇ ਇਹਨਾਂ ਨਾਲ ਗੱਲਬਾਤ ਕਰਨੀ ਵੀ ਜਿਹੜੇ ਤੁਹਾਡੇ ਨਾਲ ਦੇ ਬਾਕੀ ਉਹਨਾਂ ਨੂੰ ਬੁਲਾਓ। ਉਹ ਬੁਲਾਉਣਾ ਕੀ ਸੀ ਇਹਨਾਂ ਨੇ, ਉਨੇ ਚਿਰ 'ਚ ਅਸੀਂ ਕਿਹਾ ਵੀ ਵਾਪਸ ਆਓ ਤੁਸੀਂ, ਇਹ ਕਹਿੰਦੇ ਅਸੀਂ ਨਹੀਂ ਆਉਣਾ, ਅਸੀਂ ਤੁਹਾਡੇ 'ਤੇ ਪਰਚਾ ਲੈਣਾ। ਅਸੀਂ ਕਿਹਾ ਵੀ ਜੇ ਕੋਈ ਗੱਲਬਾਤ ਹੋਈ ਹੋਵੇ ਫਿਰ ਪਰਚਾ ਤੁਸੀਂ ਲੈ ਸਕਦੇ ਜੀ। ਇੰਨੇ ਚਿਰ ਵਿੱਚ ਇਹਨਾਂ ਨੇ ਇੱਟੇ ਰੋੜੇ ਤੋੜਨੇ ਸ਼ੁਰੂ ਕਰ ਦਿੱਤੇ ਆ ਅਤੇ ਸਾਡੇ ਮਾਰਨੇ ਸ਼ੁਰੂ ਕਰ ਦਿੱਤੇ ਆ। ਇੰਨੇ 'ਚ ਸਾਡੀਆਂ ਕੋਈ ਗੱਡੀਆਂ ਭੰਨ ਦਿੱਤੀਆਂ ਪੁਲਿਸ ਦੀ ਹਦੂਦ ਦੇ ਅੰਦਰ, ਥਾਣੇ ਦੇ ਵਿੱਚ ਹੀ ਸਾਰਾ ਕੁਝ ਹੋਇਆ ਨਾਲ ਹੀ। ਇਹ ਸਾਰਾ ਵਾਕਿਆ ਵਾਪਰ ਗਿਆ ਅਤੇ ਸਾਡੇ ਸੱਟਾਂ ਲੱਗ ਗਈਆਂ, ਅਸੀਂ ਸਿੰਘ ਫਿਰ ਇੱਧਰ ਨੂੰ ਆ ਗਈਆਂ। ਕੁਛ ਪ੍ਰਸ਼ਾਸਨ ਵੱਲੋਂ ਰੋਕਣ ਦੀ ਕੋਈ ਕਾਰਵਾਈ ਕੀਤੀ ਗਈ? ਕੋਈ ਕਾਰਵਾਈ ਨਹੀਂ ਉੱਥੇ ਹੋਈ ਜੀ ਉਸ ਵੇਲੇ, ਪ੍ਰਸ਼ਾਸਨ ਵੇਖਦਾ ਰਿਹਾ। ਪ੍ਰਸ਼ਾਸਨ ਅਸੀਂ ਥਾਣੇ ਵਾਲੀ ਸਾਈਡ ਨੂੰ ਹੋ ਗਏ, ਕੁਝ ਸਿੰਘਾਂ ਨੇ ਆਪਣਾ ਬਚਾਅ ਬਚੂ ਕੀਤਾ ਅਤੇ ਇਹਨਾਂ ਪੂਰੀ ਗੁੰਡਾਗਰਦੀ ਆਪਣੀ ਕੀਤੀ ਆ, ਅਤੇ ਇਹਨਾਂ ਪੂਰਾ ਪੰਜਾਬ ਦੇ ਵਿੱਚ ਅੱਗੇ ਵੀ ਲਾਂਬੂ ਲਾਉਣ ਵਾਲੀਆਂ ਕੰਮ ਚੱਲਣ ਡੇ ਆ, ਇਹਨਾਂ ਫਿਰ ਨਵੇਂ ਸਿਰਿਓਂ ਸ਼ੁਰੂ ਕਰ ਦਿੱਤਾ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਇਹੋ ਜਿਹੀਆਂ ਹਰਕਤਾਂ ਕਰਦੇ ਰਹਿੰਦੇ ਆ। ਸੋ ਸੰਗਤ ਹੀ ਆ, ਇਹਨਾਂ ਨੂੰ ਸੁਚੇਤ ਰਹੇ ਇਹਨਾਂ ਤੋਂ, ਇਹੋ ਜਿਹੇ ਲੋਕਾਂ ਤੋਂ ਜਿਹੜੇ ਸਿੱਖੀ ਲਿਬਾਸ ਵਿੱਚ, ਹੁਣ ਇਹਨਾਂ ਨੂੰ ਕੋਈ ਕੰਮ ਨਹੀਂ ਚੱਲਦਾ ਅਤੇ ਬਾਣੇ ਪਾ ਕੇ ਗੁਰੂ ਘਰਾਂ ਵਿੱਚ ਪਹੁੰਚ ਕੇ, ਅਤੇ ਅਸੀਂ ਤਾਂ ਹੀ ਕਿਹਾ ਸੀ ਵੀ ਕੋਈ ਘਟਨਾ ਨਾ ਗੁਰਦੁਆਰਾ ਸਾਹਿਬ ਕਰ ਦੇਣ, ਕਿਉਂਕਿ CCTV ਕੈਮਰੇ ਲੱਗੇ ਆ। ਕੱਲ੍ਹ ਨੂੰ ਫਿਰ ਕਹਿਣਾ ਜੀ ਸਿੱਖ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਿਰਾਦਰ ਕਰਨ ਡੇ ਆ, ਅਤੇ ਜਿਹੜੇ ਬੰਦੇ ਇਹ ਡੇਰੇਵਾਦ ਨਾਲ ਜੁੜੇ ਆ ਇਹ ਅੰਮ੍ਰਿਤਧਾਰੀ ਸਿੰਘ ਕਿੱਦਾਂ ਹੋ ਸਕਦੇ ਆ? ਅਤੇ ਅਸੀਂ ਇਸੇ ਦੁੱਖ ਨੂੰ ਲੈ ਕੇ ਸਾਰੇ ਸਿੰਘ ਜਿਹੜੇ ਪਿੰਡਾਂ ਤੋਂ ਆਪਣੇ, ਤੁਸੀਂ ਕਿੰਨੇ ਜਣੇ ਸੀ? ਅਸੀਂ ਥਾਣੇ ਵਿੱਚ ਦੇ ਕਰੀਬ 10-12 ਸਿੰਘ ਸੀ ਜਾ। ਉੱਧਰੋਂ ਦੂਜੀ ਸਾਈਡ ਤੋਂ ਕਿੰਨੇ ਜਣੇ? ਉਹ 30-35 ਤੋਂ ਜ਼ਿਆਦਾ ਹੀ ਹੋਣਗੇ ਜੀ, 45 ਦੇ ਕਰੀਬ। ਤੁਸੀਂ ਪਿੰਡ ਗਏ ਸੀ ਪੀਰੋ ਸ਼ਾਹ, ਉਦੋਂ ਕਿੰਨੇ ਜਣੇ ਸੀ ਉਹ? ਉਦੋਂ ਤਾਂ ਉਹ ਕਰੀਬ 7-8-10 ਜਣੇ ਹੋਣਗੇ, ਇੱਥੇ 6-7 ਜਣੇ ਹੋਣਗੇ। ਬਾਕੀ ਸਾਰਾ ਇਕੱਠ ਜਿਹੜਾ ਹੈਗਾ ਘੁਮਾਉਣੇ ਥਾਣੇ ਦੇ ਲਾਗੇ, ਇਹਨਾਂ ਫੋਨ ਫਾਨ ਕਰਕੇ ਆਪਣਾ ਇਕੱਠ ਕਰ ਲਿਆ ਵੀ ਸਾਨੂੰ ਥਾਣੇ ਲੈ ਕੇ ਆ ਰਹੇ ਆ ਅਤੇ ਤੁਸੀਂ ਉੱਥੇ ਪਹੁੰਚੋ।
ਸਾਨੂੰ ਇੱਦਾਂ ਨਹੀਂ ਆਉਣਾ ਚਾਹੀਦਾ, ਸਾਨੂੰ ਆਪਣਾ ਦੱਸਣਾ ਚਾਹੀਦਾ ਸੰਗਤ ਨੂੰ ਵੀ ਅਸੀਂ ਕਿੱਥੋਂ ਆਏ ਹਾਂ ਕੀ ਆ। ਅਤੇ ਅਸੀਂ ਕਿਹਾ ਵੀ ਚਲੋ ਗਲਤੀ ਮੰਨੇ ਤਾਂ ਚਲੋ ਥਾਣੇ ਤੁਸੀਂ ਉੱਥੇ ਜਾ ਕੇ ਆਪਣੀ ਰੱਖੋ, ਬਾਕੀ ਬੰਦੇ ਵੀ ਬੁਲਾਓ ਜਿਹੜੇ ਤੁਸੀਂ ਅੰਮ੍ਰਿਤਧਾਰੀ ਜਿਹੜੇ ਸਿੱਖੀ ਲਿਬਾਸ ਵਿੱਚ ਜਿਹੜੇ ਭੇਖੀ ਸਿੱਖ ਬਣਾਏ ਉਹਨਾਂ ਨੂੰ ਬੁਲਾਓ। ਅਤੇ ਉਹਨਾਂ ਨੂੰ ਫੋਨ ਕੀਤਾ ਅਤੇ ਉਹ ਕਹਿੰਦੇ ਅਸੀਂ ਪਹੁੰਚਦੇ ਹਾਂ, ਫਿਰ ਉੱਥੇ ਥਾਣੇ ਫਿਰ ਪਹੁੰਚੇ ਉਹ, ਕੋਈ ਨਹੀਂ ਪਹੁੰਚਿਆ ਜੀ ਉਹ। ਹਾਂਜੀ, ਅਤੇ ਇਹਨਾਂ ਨੇ ਉਹਨਾਂ ਦੀ ਉਹਨਾਂ ਨੂੰ ਛਪਾਉਣ ਕਰਕੇ ਜਿਹੜੀ ਹੈ ਸਾਰੀ ਘਟਨਾ ਕੀਤੀ। ਹਾਂਜੀ, ਸਤਿਕਾਰ ਕਮੇਟੀ ਤੋਂ ਸਰਦਾਰ ਬਲਬੀਰ ਸਿੰਘ ਮੁੱਛ ਸਾਡੇ ਨਾਲ ਜੁੜ ਚੁੱਕੇ। ਪਹਿਲਾਂ ਫਤਿਹ ਸਾਂਝ ਬਣੇ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਪੀਰੋ ਸ਼ਾਹ, ਜਿਹੜੀ ਘਟਨਾ ਵਾਪਰੀ ਸੀ ਉਸ ਤੋਂ ਬਾਅਦ ਘੁਮਾਣ ਥਾਣੇ ਦੇ ਵਿੱਚ ਜਿਹੜੀ ਗੱਲਬਾਤ ਹੋਈ ਆ ਉਹ ਤਾਂ ਸੰਗਤਾਂ ਨੂੰ ਵਿਸਥਾਰਪੂਰਵਕ ਜਾਣਕਾਰੀ। ਜਿਹੜਾ ਪੀਰੋ ਸ਼ਾਹ ਉੱਥੇ ਪਿੰਡ ਵਿੱਚ ਥਾਣਾ ਘੁਮਾਉਣ ਪੈਂਦਾ ਹੈ ਕਿ ਨੂਰ ਮਹਿਲੀਏ ਜਿਹੜੇ ਸਾਡੇ ਵਿੱਚ ਕੁਛ ਭੇਟ ਪਿੰਡਾਂ 'ਚ ਹੋ ਰਹੇ ਨੇ ਪੰਜਾਬ ਦੇ ਵੱਸ ਰਹੇ ਸਿੱਖਾਂ ਨੂੰ ਗੁੰਮਰਾਹ ਕਰਨ ਵਾਸਤੇ ਉਹਨਾਂ ਨੇ ਟੀ ਸ਼ਰਟਾਂ ਅਤੇ ਗੋਲ ਦੁਮਾਲੇ ਬੰਨ ਕਰਕੇ ਪਿੰਡਾਂ ਵਿੱਚ ਕਹਿਣ ਲੱਗੇ ਕਿ ਅਸੀਂ ਨਸ਼ਾ ਕੈਂਪ ਦੇ ਨਾਂ 'ਤੇ ਉਹਨਾਂ ਨੇ ਕਰੋੜਾਂ ਰੁਪਈਏ ਜਿਹੜੇ ਇਕੱਠੇ ਕਰਕੇ ਜਿਹੜੇ ਦੁਬਾਰਾ ਸਾਡੇ 'ਤੇ ਵਰਤੇ ਜਾਣੇ ਸਨ। ਅਤੇ ਜਦੋਂ ਸਾਨੂੰ ਪਤਾ ਲੱਗਾ ਕਿ ਇੱਦਾਂ ਜਿਹੜੇ ਨੂਰ ਮਹਿਲੀਏ ਸਿੱਖਾਂ ਦੇ ਰੂਪ ਧਾਰ ਕੇ ਅਤੇ ਅੱਜ ਪਿੰਡਾਂ ਵਿੱਚ ਜਾ ਕਰਕੇ ਗੁਰਦੁਆਰਿਆਂ ਦੇ ਵਿੱਚ ਅਲੋਸਮੈਂਟ ਕਰਨੀਆਂ, ਕਿਉਂਕਿ ਬੜੀਆਂ ਐਸੀਆਂ ਘਟਨਾਵਾਂ ਵਾਪਰੀਆਂ ਨੇ ਕਿ ਗੁਰੂ ਘਰ ਗੋਲਖ ਚੋਰੀ ਹੋ ਗਈ ਹੈ, ਗੁਰੂ ਘਰ ਵਿੱਚ ਗੁਰੂ ਸਾਹਿਬ ਦੇ ਅੰਗ ਜ਼ਖਮੀ ਹੋ ਗਏ ਹਨ। ਜਦੋਂ ਇਹ ਦਿਨੇ ਦੁਪਹਿਰੇ ਜਾ ਕਰਕੇ ਨਾਲੇ ਅਲੋਸਮੈਂਟ ਦੇ ਬਹਾਨੇ ਚੱਲ ਜਾਂਦੇ ਨੇ, ਫਿਰ ਸਾਨੂੰ ਜਦੋਂ ਪਤਾ ਲੱਗਾ ਅਸੀਂ ਉੱਥੇ ਜਾ ਕਰਕੇ ਕਿਸੇ ਦੇ ਘਰ ਬੈਠੇ ਸਨ, ਗੱਲਬਾਤ ਕੀਤੀ, ਸਖਤੀ ਨਾਲ ਪੁੱਛਿਆ ਇਹਨਾਂ ਨੇ ਨਾਂ ਤਾਂ ਹੋਰ ਰੱਖਿਆ ਹੋਇਆ ਹੈ, ਜਿਹੜਾ ਨਾਂ ਰੱਖਿਆ ਉਹ ਜਵਾਬਾ ਇੱਦਾਂ ਕਰਕੇ ਨਸ਼ਾ ਛਡਾਊ ਕੈਂਪ ਦੇ ਨਾਂ 'ਤੇ। ਅਤੇ ਜਦੋਂ ਸਾਨੂੰ ਪਤਾ ਲੱਗਾ ਅਤੇ ਅਸੀਂ ਉੱਥੋਂ ਪ੍ਰਸ਼ਾਸਨ ਨੂੰ ਫੋਨ ਕੀਤਾ, DSP ਨੂੰ ਫੋਨ ਕੀਤਾ, SHO 'ਤੇ ਛੁੱਟੀ 'ਤੇ ਸੀ ਯਾਦਵਿੰਦਰ ਸਿੰਘ, ASI ਜੋਗਿੰਦਰ ਸਿੰਘ ਸੀ, ਅਤੇ ਜੋਗਿੰਦਰ ਸਿੰਘ ਨਾਲ ਫੋਨ 'ਤੇ ਸੰਪਰਕ ਕੀਤਾ, ਉਹ ਕਹਿੰਦਾ ਮੈਂ ਆ ਰਿਹਾ ਵਾਂ ਅਤੇ ਇਹਨਾਂ ਨੂੰ ਤੁਸੀਂ ਜਾਂ, ਅਤੇ ਉਹ ਜਿਹੜਾ ਨਾਲ ਉੱਥੋਂ ਦਾ ਇੱਕ ਹੈਗਾ ਇਹ ਰਛਪਾਲ ਸਿੰਘ ਬਲਵੰਤ ਸਿੰਘ, ਜਿਹੜਾ ਬਲਵੰਤ ਸਿੰਘ ਸੀ ਉਹ ਉੱਥੋਂ ਲਾਗੂ ਪਿੰਡ ਦਾ ਸੀ, ਉਹ ਕਹਿੰਦਾ ਚਲੋ ਆਪਾਂ ਥਾਣੇ ਉੱਥੇ ਬਹਿ ਕੇ ਗੱਲ ਕਰ ਲੈਂਦੇ ਹਾਂ। ਅਸੀਂ ਉਹਨਾਂ ਨੂੰ ਨਾਲ ਲੈ ਕਰਕੇ ਜਦੋਂ ਥਾਣੇ ਲੈ ਕੇ ਆਏ ਅਤੇ ਥਾਣੇ ਜਾ ਕਰਕੇ ਜਦੋਂ ਗੱਲਬਾਤ ਹੋਈ ਇਹਨਾਂ ਦੇ ਕਾਫੀ ਜਿਹੜੇ ਗੁੰਡੇ, ਇੱਕ ਨੋਆ ਗੱਡੀ, ਇੱਕ ਮਹਿੰਦਰਾ ਬਲੈਰੋ ਅਤੇ ਹੋਰ, ਕਿਉਂਕਿ 5-6 ਗੱਡੀਆਂ ਦੇ ਘੁੰਮ ਰਹੇ ਸਨ ਪਿੰਡਾਂ ਦੇ ਵਿੱਚ ਗ੍ਰਾਹੀਆਂ ਕਰਨ ਵਾਸਤੇ, ਉਹ ਗੱਡੀ ਦੇ ਵਿੱਚ ਇਹਨਾਂ ਨੇ ਕਾਫੀ ਤੇਜ਼ ਹਥਿਆਰ ਰੱਖੇ ਹੋਏ ਸਨ, ਇਹਨਾਂ ਨੇ ਬਾਹਰ ਗੱਡੀਆਂ 'ਤੇ ਜਿਹੜੀ ਭੰਨ ਤੋੜ ਕਰ ਦਿੱਤੀ। ਅੰਦਰ ਗੱਲਬਾਤ ਚੱਲ ਰਹੀ ਆ ਕਿ ਅਸੀਂ ਉਹ ਪੁੱਛਣਾ ਚਾਹੁੰਦੇ ਕਿ ਜਿਹੜੇ ਤੁਹਾਡੇ ਨਾਲ ਦੁਮਾਲਿਆ ਵਾਲੇ ਸਿੱਖੀ ਸਰੂਪ ਜਿਨ੍ਹਾਂ ਨੇ ਬਾਣਾ ਪਾਇਆ ਹੋਇਆ ਵਾ ਉਹ ਅਸੀਂ ਪੁੱਛਣਾ ਚਾਹੁੰਦੇ ਹਾਂ ਕੌਣ ਆ, ਕਿਹੜੀ ਸੰਸਥਾ ਦੇ ਨਾਲ ਜੁੜੇ ਆ। ਜਦੋਂ ਉਹਨਾਂ ਦੀ ਗੱਲ ਸਾਨੂੰ, ਕਿਉਂਕਿ ਵੀਰ ਜੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨਾਲ ਨੂਰ ਮਹਿਲੀਏ ਦੇ ਕੁਝ ਜਿਹੜੇ ਕਿ ਇਸ ਟਾਈਮ ਦੇ ਉੱਤੇ ਉਹ ਵੀ ਐਡਮਿਟ ਹਨ, ਅਤੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਅਤੇ ਉਹਨਾਂ ਇੱਕ ਕਾਰਡ ਸਾਨੂੰ ਦਿੱਤਾ ਸੀ ਜਿਹਦੇ ਵਿੱਚ ਲਿਖਿਆ ਹੈਗਾ ਯੁਵਾ ਪਰਿਵਾਰ ਸੇਵਾ ਸਮਿਤੀ ਵੱਲੋਂ। ਜਦੋਂ ਉਹਨਾਂ ਨਾਲ ਗੱਲ ਕੀਤੀ ਸੀ ਕਿ ਤੁਸੀਂ ਇਹਦੇ ਵਿੱਚ ਕਿਤੇ ਵੀ ਨੂਰ ਮਹਿਲੇ ਦਾ ਜ਼ਿਕਰ ਨਹੀਂ ਕੀਤਾ, ਉਹਨਾਂ ਨੇ ਇੱਕ ਜਵਾਬ ਤਾਂ ਸਾਨੂੰ ਪਹਿਲਾਂ ਇੱਕ ਮੁੰਡੇ ਨੇ ਦਿੱਤਾ ਸੀ ਕਿ ਇਹ ਨੂਰ ਮਹਿਲੀਏ ਵੱਲੋਂ ਸੰਸਥਾ ਚਲਾਈ ਜਾ ਰਹੀ ਹੈਗੀ ਆ, ਪਰ ਇਹ ਜਿਹੜਾ ਕਿ ਕੈਂਪ ਲਾਉਂਦੇ ਆ ਯੁਵਾ ਪਰਿਵਾਰ ਸੇਵਾ ਸਮਿਤੀ ਵੱਲੋਂ ਲਾਉਂਦੇ ਆ। ਅਤੇ ਇੱਕ ਜਿਹੜਾ ਉਸ ਤੋਂ ਬਾਅਦ 'ਚ ਇੱਕ ਮੁੰਡਾ ਹੋਰ ਆਇਆ ਸੀ ਉਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਅਤੇ ਉਹਨੇ ਇਹੋ ਗੱਲ ਕੀਤੀ ਸੀ ਕਿ ਇਹ ਸੰਸਥਾ ਸਾਡੀ ਆ, ਇਹ ਸੰਸਥਾ ਦੇ ਵਿੱਚ ਨੂਰ ਮਹਿਲ ਦਾ, ਮਤਲਬ ਕਿ ਉਹਨਾਂ ਦੇ ਆਪਸੀ ਬਿਆਨ ਮੈਨੂੰ ਲੱਗਦਾ ਸੀ ਕੋਈ ਰਲ ਨਹੀਂ ਸੀ ਰਿਹਾ, ਕਿਉਂਕਿ ਜਿਹੜੀ FIR ਦਰਜ ਹੋਈ ਆ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜੀਆਂ ਸਾਡੇ 'ਤੇ 307 ਧਾਰਾ ਲਾਈ ਹੈ ਉਹ ਜਿਹੜੀ FIR ਦਰਜ ਹੋਈ ਆ ਉਹਦੇ ਵਿੱਚ ਉਹਨਾਂ ਨੇ ਨੂਰ ਮਹਿਲ ਦਾ ਪੂਰਾ ਵਰਸ਼ਨ ਦਿੱਤਾ, ਜ਼ਿਕਰ ਕੀਤਾ ਹੋਇਆ ਵਾ। ਇਸ ਕਾਰਡ ਦੇ ਸਹਾਰੇ ਉਹਨਾਂ ਨੇ ਜਿਹੜਾ ਸੱਦਾ ਪੱਤਰ ਦਿੱਤਾ ਜਾ ਰਿਹਾ ਹੈਗਾ 24 ਸਤੰਬਰ ਦਿਨ ਐਤਵਾਰ ਸਵੇਰੇ 10 ਤੋਂ 2 ਵਜੇ ਤੱਕ ਸਿਗਨੇਚਰ ਰਿਜੋਰਟ ਨੇੜੇ ਚੌਹਾਨ ਟਾਂਗਰਾ GT ਰੋਡ ਅੰਮ੍ਰਿਤਸਰ। ਮੈਂ ਇਹਨਾਂ ਵੀਰ ਨੂੰ ਕਹੂੰਗਾ ਕਿ ਇਹਨੂੰ ਜ਼ਰੂਰ ਥੋੜ੍ਹਾ ਕਲੋਜ਼ ਕਰਕੇ ਵਿਖਾਇਆ ਜਾਵੇ। ਇਹ ਜਿਹੜਾ ਕਾਰਡ ਆ ਇਹ ਕਾਰਡ ਨੂਰ ਮਹਿਲੇ ਦੇ ਉਹ ਜਿਹੜੇ ਪੈਰੋਕਾਰ ਜਿਹੜੇ ਪਿੰਡਾਂ ਵਿੱਚ ਘੁੰਮ ਰਹੇ ਆ, ਪਰ ਨੂਰ ਮਹਿਲੇ ਜ਼ਿਕਰ ਨਹੀਂ ਕੀਤਾ ਜਾ ਰਿਹਾ, ਕੇਵਲ ਯੁਵਾ ਪਰਿਵਾਰ ਸੇਵਾ ਸਮਿਤੀ ਦਾ ਜ਼ਿਕਰ ਕਰਕੇ ਜਦੋਂ ਗ੍ਰਾਹੀ ਜਾਂਦੀ ਹੈਗੀ ਅਤੇ ਗ੍ਰਾਹੀ ਜਿਹੜੀ ਆ ਉਹ ਸਾਰੀ ਉੱਥੇ ਨੂਰ ਮਹਿਲੇ ਨੂੰ ਜਾਂਦੀ ਹੈ। ਕਿਉਂਕਿ ਇੱਕ ਦਿਨ ਆਪਾਂ ਕਿਸੇ ਪੈਲਸ ਦੀ ਮੰਗ ਕਰੀਏ ਕਿ ਅਸੀਂ ਇੱਥੇ ਨਸ਼ਾ ਛਡਾਊ ਕੈਂਪ ਲਾਉਣਾ, ਅਤੇ ਪੈਲਸ ਵਾਲੇ ਨੇ ਕਹਿਣਾ ਤੁਸੀਂ 2 ਘੰਟੇ ਇਸ ਦੀ ਵਰਤੋਂ ਕਰਨੀ ਕਰ ਲਓ, ਉਹਨੇ ਵੀ ਫ੍ਰੀ ਦੇ ਦੇਣਾ। ਅਤੇ ਜਿਹੜਾ ਇੱਕ ਦਿਨ ਦੇ ਵਿੱਚ ਮੈਡੀਸਨ ਦਵਾਈ ਜਿਹੜੀ ਕੋਈ ਦੇਣੀ ਆ ਜਾਂ ਉਹਦੇ ਨਾਲ ਬੰਦਾ ਨਸ਼ਾ ਨਹੀਂ ਛੱਡ ਸਕਦਾ, ਇਹ ਇੱਕ ਪੈਸਾ ਇਕੱਠਾ ਕਰਨ ਦਾ, ਕਿਉਂਕਿ ਪੈਸਾ ਸਿੱਖਾਂ ਦੇ ਘਰੋਂ ਇਕੱਠਾ ਕਰਕੇ ਅਤੇ ਮੁੜ ਕੇ ਅਸੀਂ ਇਹਨਾਂ ਦੇ ਉੱਤੇ ਵਰਤਾਂਗੇ। ਜਿਹੜੇ ਨੌਜਵਾਨ ਨਸ਼ੇੜੀ ਮੁੰਡੇ ਹੁੰਦੇ ਆ ਉਹਨਾਂ ਦੀ ਦਲੇਰੀ ਬੜੀ ਹੁੰਦੀ ਨਸ਼ਾ ਕਰਕੇ, ਪੜ ਕੇ ਜਿਵੇਂ ਸਰਸੇ ਵਾਲੇ ਨੇ ਆਪਣੇ ਨਾਲ ਬਹੁਤ ਗੁੰਡੇ ਰੱਖੇ ਜਿਨ੍ਹਾਂ ਦੀ ਇੱਕ ਵੱਖਰੀ ਇੱਕ ਟੀਮ ਬਣਾਈ ਸੀ ਕਿ ਜਿਹੜਾ ਉਹਨੂੰ ਕਿਹਾ ਸੀ ਕਿ ਇਹ ਮਜੀਵੜੇ ਨੇ,
ਮਜੀਵੜੇ ਉਹਨੇ ਇੱਕ ਨਾਲ ਤਿਆਰ ਕੀਤੀ ਕਿ ਤੁਸੀਂ ਕਿਤੇ ਮਰਨ ਦੀ ਲੋੜ ਪਵੇ ਤਾਂ ਤੁਸੀਂ ਮਰਨਾ ਅੱਗੇ ਉਹ ਕਰਕੇ ਇਹ ਵੀ ਇੱਦਾਂ ਇੱਕ ਇਹਨਾਂ ਨੇ ਵਿੰਗ ਬਣਾਉਣਾ ਸੀ ਨੌਜਵਾਨਾਂ ਦਾ ਜਿਹੜਾ ਅੱਜ ਪਿੰਡਾਂ ਦੇ ਵਿੱਚ ਜਾ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ ਅਤੇ ਨੌਜਵਾਨਾਂ ਜਿਹੜੇ ਨਸ਼ੇੜੀ ਮੁੰਡਿਆਂ ਨੂੰ ਨਾਲ ਲੈ ਕਰਕੇ ਇਹਨਾਂ ਨੇ ਇੱਦਾਂ ਵੱਡਾ ਕੋਈ ਜਿਹੜਾ ਪੰਜਾਬ ਦੇ ਵਿੱਚ ਖਤਰਨਾਕ ਕੰਮ ਕਰਨ ਵਾਸਤੇ ਜਿਹੜਾ ਇਹ ਪ੍ਰੋਗਰਾਮ ਲੀਕ ਰਹੇ ਸਨ। ਜਿਹੜਾ ਅੱਜ ਥਾਣੇ ਦੀ ਗੱਲ ਵਾਪਰੀ ਹੈ, ਥਾਣਾ ਜਿਹੜਾ ਘੁਮਾਣ ਵਾ ਉਹ ਘੁਮਾਣ ਥਾਣੇ ਦੇ ਵਿੱਚ ਇਹ ਘਟਨਾ ਵਾਪਰੀ ਕਿ ਅੰਦਰ ਗੱਲਬਾਤ ਚੱਲ ਰਹੀ ਆ, ਬਾਹਰ ਇਹ ਗੱਡੀਆਂ ਭਰ ਰਹੇ ਨੇ, ਸਿੰਘ ਬਾਹਰ ਆਏ ਨੇ, ਹੱਥੋਂ ਪਾਈ ਹੋ ਗਏ ਆ, ਪਰ ਪ੍ਰਸ਼ਾਸਨ ਨੇ ਜਿਹੜਾ ਉੱਥੇ ਹੌਲਦਾਰ ਵਾ ਘਰ ਵਾਲੇ ਲਾਗੇ ਦੱਸ ਰਹੇ ਨੇ ਕਿ ਉਹਨੇ ਕਿਹਾ ਕਿ ਗੱਡੀਆਂ ਭੰਨੋ, ਉੱਦਾਂ ਉਹਨਾਂ ਦੀ ਜ਼ਰੂਰਤ ਨਹੀਂ ਗੱਡੀਆਂ ਭੰਨਣੀਆਂ, ਕਿਉਂ ਪੁਲਿਸ ਥਾਣੇ ਦੇ ਬਿਲਕੁਲ ਨਜ਼ਦੀਕ ਸੀ, ਪੁਲਿਸ ਉੱਥੇ ਸੀ। ਉਹ ਹੌਲਦਾਰ ਦੇ ਲਾਗੋ ਘਰ ਵਾਲੇ ਵੀ ਦੱਸ ਰਹੇ ਨੇ ਅਤੇ ਭਾਈ ਗੁਰਨਾਮ ਸਿੰਘ ਜੀ ਬਟਾਲੇ ਤੋਂ ਉਹ ਵੀ ਦੱਸ ਰਿਹਾ ਕਿ ਮੈਂ ਖੁਦ ਸੁਣਿਆ ਕਿ ਇਹਨਾਂ ਦੀਆਂ ਗੱਡੀਆਂ ਭੰਨੋ, ਲਾਗੇ ਖਲੋ ਕੇ ਗੱਡੀਆਂ ਬਣਾਈਆਂ ਰੱਜ ਕੇ, ਕਿਉਂਕਿ ਜਦੋਂ ਚੰਦੋਕਲਾ ਦੇ ਵਿੱਚ ਵੀ ਸੰਤਾਂ ਨੇ ਸੰਘਰਸ਼ ਜਾਰੀ ਕੀਤਾ ਸੀ ਅਤੇ ਪ੍ਰਸ਼ਾਸਨ ਨੇ ਖੁਦ ਉਹ ਗੱਡੀਆਂ ਸਾੜੀਆਂ, ਬੱਸਾਂ ਸਾੜੀਆਂ ਸਨ ਜਿਹਦੇ 'ਚ ਪੋਥੀਆਂ ਵੀ ਸਨ। ਅੱਜ ਫਿਰ ਪ੍ਰਸ਼ਾਸਨ ਇੱਦਾਂ ਹੀ ਸਿੱਖਾਂ ਦੇ ਨਾਲ ਕਰਦੀ ਆ ਰਹੀ ਆ। ਜਿਹੜੇ 307 ਧਾਰਾ ਲੱਗਦੀ ਆ, ਕਿਉਂਕਿ ਮੇਰੇ 'ਤੇ ਇੱਕ ਨਹੀਂ ਬੜੀ ਥਾਈਂ ਲੱਗ ਚੁੱਕੀ ਹੈ। ਜਦੋਂ ਅਸੀਂ ਕੋਈ ਇਹਨਾਂ ਨੂੰ ਦਿੰਦੇ ਹਾਂ ਕਿ ਪਰਚਾ ਦਰਜ ਕਰੋ ਸਿਰ 'ਤੇ ਸੱਟ ਵਾ, ਕਹਿੰਦੇ ਰਿਜ਼ਲਟ ਆਉਣ 'ਤੇ ਰਿਪੋਰਟ ਆਉਣ ਦੇ ਉੱਤੇ ਫਿਰ ਅਸੀਂ 307 ਲਾ ਸਕਦੇ ਹਾਂ। ਜਦੋਂ ਸਾਡੇ 'ਤੇ ਪਰਚਾ ਦਰਜ ਕਰਦੇ ਆ ਅਤੇ ਉਸ ਵੇਲੇ 307 ਭੰਨਤੋੜ 452 ਆਪਣੇ ਕੋਲੋਂ ਹੀ ਪ੍ਰਸ਼ਾਸਨ ਜਿਹੜਾ ਇਹਨਾਂ ਉਹਨਾਂ ਨੂੰ ਸ਼ਹਿ ਦੇ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਨੂਰ ਮਹਿਲੇ ਦੀਆਂ ਬਹੁਤ ਜ਼ਿਆਦੀਆਂ ਬ੍ਰਾਂਚਾਂ ਨੇ, ਇਹ ਬ੍ਰਾਂਚਾਂ 'ਤੇ ਗਾੜੀ ਪੰਜਾਬ ਪੁਲਿਸ ਬਿਠਾਈ ਹੋਈ ਹੈ। ਅਤੇ ਜਿਹੜਾ ਮੈਂ ਹੌਲਦਾਰ ਜਿਹੜਾ ਉੱਥੇ ਮੁਲਾਜ਼ਮ ਸਮਝਦਾ ਵਾਂ, ਉਹ ਜ਼ਰੂਰ ਨੂਰ ਮਹਿਲ ਸੰਸਥਾ ਦੇ ਨਾਲ ਜੁੜਿਆ ਹੋਇਆ ਵਾ, ਜਿਹਨੇ ਇਹ ਕੰਮ ਕਰਵਾਇਆ ਨਹੀਂ ਤਾਂ ਕੋਈ ਉਹਨਾਂ ਦੀ ਜ਼ਰੂਰਤ ਨਹੀਂ, ਉਹ ਗੱਡੀਆਂ ਬਣ ਜਾਣ ਜਾਂ ਉੱਥੇ ਲੜਾਈ, ਇਹ ਸਾਰੀ ਨਲਾਇਕੀ ਆ ਪ੍ਰਸ਼ਾਸਨ ਦੀ ਅਤੇ ਪ੍ਰਸ਼ਾਸਨ ਦੇ ਉੱਪਰ ਇਹ ਕਾਨੂੰਨੀ ਕਾਰਵਾਈ ਬਣਦੀ ਆ। ਉੱਥੇ ਕੋਈ ਲੜਾਈ ਝਗੜਾ ਨਹੀਂ ਹੁੰਦਾ, ਥਾਣਿਆਂ ਦੇ ਲੜਾਈ ਝਗੜੇ ਨਿਬੇੜੇ ਜਾਂਦੇ ਨੇ, ਉਹ ਲਾਗੇ ਲਾਏ ਜਾਂਦੇ ਨੇ ਅਤੇ ਥਾਣਿਆਂ ਦੇ ਝਗੜੇ ਹੁੰਦੇ ਨਹੀਂ ਵੇਖੇ, ਪਰ ਅੱਜ ਜਿਹੜਾ ਘੁਮਾਣਾ ਦੇ ਵਿੱਚ ਹੋਇਆ ਇਹ ਪ੍ਰਸ਼ਾਸਨ ਦੀ ਨਲਾਇਕੀ ਦੇ ਕਰਕੇ। ਪੇਰੋ ਸ਼ਾਹ 'ਚ ਵੀ ਕੋਈ ਘਟਨਾ ਵਾਪਰੀ ਸੀ? ਪੇਰੋ ਸ਼ਾਹ ਤੁਸੀਂ ਗਏ ਸੀ ਉੱਥੇ ਅਤੇ ਉੱਧਰੋਂ ਦੂਜੇ ਪਾਸਿਓਂ ਨੌਜਵਾਨ ਸੀ ਜਿਹੜੇ ਕਿ ਨੂਰ ਮਹਿਲ ਵੱਲੋਂ, ਉੱਥੇ ਵੀ ਪਹਿਲਾਂ ਤੁਹਾਡੀ ਕੋਈ ਤੂੰ ਤੂੰ ਮੈਂ ਗੜਬੜ ਹੋਈ ਸੀ, ਕਿਉਂਕਿ ਉਸ ਤੋਂ ਬਾਅਦ ਤੁਸੀਂ ਆਣ ਕੇ ਉੱਥੇ ਸਾਰੀ ਘੁਮਾਣੀ ਥਾਣੇ 'ਚ ਗੱਲਬਾਤ ਕੀਤੀ ਸੀ? ਜਦੋਂ ਅਸੀਂ ਆਈ ਕਾਰਡ ਉਹਨਾਂ ਕੋਲੋਂ ਮੰਗਦੇ ਕਿ ਤੁਸੀਂ ਆਪਣਾ ਪਰੂਫ ਦਿਓ ਕਿੱਥੋਂ ਕਿੱਥੋਂ ਆਏ ਜੇ, ਉਹ ਜਿਹੜੇ ਸਾਨੂੰ ਐਡਰੈਸ ਲਿਖਾ ਰਹੇ ਉਹ ਗਲਤ ਲਿਖਾ ਰਹੇ, ਜਿਹਦੇ ਕਰਕੇ ਫਿਰ ਅੱਗੋਂ ਉਹਨੇ ਵੀ ਗੱਲ ਸਿੰਘ ਨੂੰ ਬੋਲੀ, ਸਿੰਘ ਨੇ ਫਿਰ ਲਿਆਏ ਨਹੀਂ ਉੱਥੇ, ਜ਼ਰੂਰ ਤੂੰ ਤੂੰ ਮੈਂ ਹੋਈ ਉਹਨਾਂ ਨਾਲ। ਅਤੇ ਕਾਰਨ ਇਹ ਕਿ ਜਿਹੜਾ ਘੁਮਾਣ ਥਾਣੇ ਦੇ ਵਿੱਚ ਹੋਇਆ ਇਹ ਬਹੁਤ ਜ਼ਿਆਦਾ, ਪ੍ਰਸ਼ਾਸਨ ਨੇ ਸਾਡੇ 'ਤੇ ਉਸ ਵੇਲੇ FIR ਦਰਜ ਕ੍ਰੋਸ ਪਰਚਾ ਨਹੀਂ ਕੀਤਾ, ਉਹ ਉਹਨਾਂ ਦੇ ਤਹਿਤ ਸਾਡੇ 'ਤੇ ਜਿਹੜੀ 307 ਲਾ ਦਿੱਤੀ ਗਈ ਆ, 323 ਲਾ ਦਿੱਤੀ ਗਈ ਆ, ਅਤੇ ਉਹ ਜਿਹੜਾ ਪਰਚਾ ਦਰਜ ਕੀਤਾ ਗਿਆ। ਸਾਡੇ ਵੱਲੋਂ ਅਜੇ ਤੱਕ ਕੋਈ ਪਰਚਾ ਦਰਜ ਨਹੀਂ ਕੀਤਾ, ਕਹਿੰਦੇ ਤੁਹਾਡੇ ਬਿਆਨ ਲੈਣ ਤੋਂ ਬਾਅਦ ਪਰਚਾ ਦਰਜ ਕੀਤਾ ਜਾਵੇਗਾ ਜੇਕਰ ਪ੍ਰਸ਼ਾਸਨ ਨੇ ਇੱਦਾਂ ਸਿੱਖਾਂ ਦੇ ਨਾਲ ਧੱਕਾ ਕੀਤਾ, ਕਿਉਂਕਿ ਸਮੇਂ ਦੇ ਨਾਲ ਇਹ ਜਿਹੜਾ ਰਿਜ਼ਲਟ ਸਾਹਮਣੇ ਆ ਜਾਂਦਾ ਵਾ। ਅੱਜ ਜੇ ਪੰਜਾਬ ਦੇ ਵਿੱਚ ਡੇਰਾ ਇੰਨਾ ਖੁੱਲ੍ਹ ਚੁੱਕਾ ਜਿਹਦੇ ਕਰਕੇ ਸੈਂਟਰ ਸਰਕਾਰ ਦਾ ਵੀ ਬੜਾ ਨੁਕਸਾਨ ਹੋਇਆ ਅਤੇ ਪੰਜਾਬ ਸਰਕਾਰ ਦਾ ਵੀ ਨੁਕਸਾਨ ਹੋਇਆ, ਅਸੀਂ ਤਾਂ ਅਮਨ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ ਅਤੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਕਾਰਵਾਈ ਕਰਦੇ ਹਾਂ। ਜਦੋਂ ਇਹ ਅੱਜ ਸਰਸੇ ਵਾਲੇ ਡੇਰੇ ਵਾਲੇ ਨੂੰ ਜਦੋਂ ਫੜਨ ਦੀ ਕਿੰਨੀਆਂ ਕੰਪਨੀਆਂ ਲਿਆਂਦੀਆਂ ਗਈਆਂ ਜਿਹਦੇ ਵਿੱਚ ਬਹੁਤ ਜ਼ਿਆਦੀਆਂ ਜਿਹੜੀਆਂ ਕੋਈ CRP ਆ, ਕੋਈ BSF ਆ, ਸਾਰੀਆਂ ਕੰਪਨੀਆਂ ਆਈਆਂ, ਕਮਾਂਡੋ ਤੱਕ ਸਦੀ ਗਈ ਆ। ਇਹ ਜਦੋਂ ਹੁਣ ਵੀ ਕੋਈ ਨੂਰ ਮਹਿਲ ਡੇਰੇ ਵਿੱਚ ਹਰਿਆਣੇ ਦੇ ਵਿੱਚ ਦੋ ਘਟਨਾ ਵਾਪਰੀਆਂ, ਪਹਿਲਾਂ ਜਿੱਥੇ ਗੋਲੀਆਂ ਦੇ ਜਿੱਥੇ ਰਾਮਪਾਲ ਇੱਕ ਪਖੰਡੀ ਸੀ ਉਹਨੂੰ ਵੀ ਪ੍ਰਸ਼ਾਸਨ ਨੇ ਫੜਨ ਦੀ ਕੋਸ਼ਿਸ਼ ਕੀਤੀ ਅਤੇ ਬਹੁਤ ਉੱਥੇ ਵੀ ਸਦਰ ਅਤੇ ਬਹੁਤ ਗੋਲੀਬਾਰੀ ਚੱਲੀ। ਇੱਥੇ ਵੀ ਇੱਦਾਂ ਹੀ ਜਿੱਦਾਂ ਸਰਸੇ ਸੌਦੇ ਵਾਲੇ ਨੂੰ ਫੜਨ ਵਾਸਤੇ ਗੁੰਡਾਗਰਦੀ ਹੋਈ, ਗੱਡੀਆਂ ਲੂਹੀਆਂ ਗਈਆਂ ਸ਼ਰੇਆਮ, ਅਤੇ ਹੋਰ ਵੀ ਬਹੁਤ ਨੁਕਸਾਨ ਕੀਤਾ ਉਹਨਾਂ ਨੇ। ਜੇਕਰ ਨੂਰ ਮਹਿਲ ਡੇਰੇ ਵਾਲੇ ਵੀ ਇਹ ਵੀ ਪ੍ਰਸ਼ਾਸਨ ਜਿਹੜਾ ਆਪਣਾ ਖਵਾਜਾ ਭੁਗਤਣ ਨੂੰ ਤਿਆਰ ਹੋ ਜਾਣ, ਕਿਉਂਕਿ ਸਿੱਖਾਂ ਦੇ ਨਾਲ ਨਹੀਂ ਪੰਜਾਬ ਪੁਲਿਸ ਦੇ ਨਾਲ ਵੀ ਇੱਦਾਂ ਹੁੰਦੀ ਹੈ, ਸਾਡੇ ਨਾਲ ਦੀ ਇਹਨਾਂ ਨੂੰ ਪੰਜਾਬ ਸਰਕਾਰ ਨੇ ਕਰਾਇਆ। ਨੂਰ ਮਹਿਲੀਆਂ ਕਿੰਨੇ ਸਿੰਘ ਸ਼ਹੀਦ ਕੀਤੇ ਗਏ? ਜਿਹੜੀ ਲੁਧਿਆਣੇ ਬਹੁਤ ਘਟਨਾ ਵਾਪਰੀ ਸੀ ਉਹ ਪਤਾ ਹੀ ਆ ਕਿ ਸ਼ਰੇਆਮ ਇਹ ਪ੍ਰਸ਼ਾਸਨ ਵੱਲੋਂ ਅਤੇ ਇਹਨਾਂ ਦੇ ਪੈਰੋਕਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ, ਗੋਲੀਆਂ ਦੇ ਨਾਲ ਭਾਈ ਬਹਾਦਰ ਸਿੰਘ ਹੀ ਜਿਹੜੇ ਉਹ ਸ਼ਹੀਦ ਹੋ ਗਏ ਸਨ, ਅਤੇ ਉਹਨਾਂ ਵੱਲੋਂ ਪਰਿਵਾਰ ਵੱਲੋਂ ਜਾਂ ਜਥੇਬੰਦੀਆਂ ਵੱਲੋਂ ਕੋਈ ਪਰਚਾ ਪ੍ਰਸ਼ਾਸਨ ਨੇ ਦਰਜ ਨਹੀਂ ਕੀਤਾ। ਜੇਕਰ ਅਸੀਂ ਕੋਈ ਐਸੀ ਘਟਨਾ ਕਰਦੇ ਹਾਂ ਜਾਂ ਹੋ ਜਾਂਦੀ ਸਾਡੇ ਕੋਲੋਂ ਜਜ਼ਬਾਤਾਂ ਤੋਂ ਬਾਹਰ ਆਣ ਕੇ, ਅਤੇ ਫਿਰ ਸਾਡੇ 'ਤੇ ਉਸ ਵੇਲੇ ਤੁਰੰਤ ਪ੍ਰਸ਼ਾਸਨ ਕਾਰਵਾਈ ਕਰਦੀ ਹੈ, ਇਹ ਸਿੱਧੀ ਧੱਕਾਸ਼ਾਹੀ ਆ। ਧੱਕਾਸ਼ਾਹੀ ਇਹ ਆ ਕਿ ਅਸੀਂ ਵੀ ਚਲੋ ਪ੍ਰਸ਼ਾਸਨ ਨੂੰ ਨਾਲ ਲੈ ਕੇ ਤੁਰਦੇ ਹਾਂ, ਜਿੱਥੇ ਵੀ ਉੱਥੇ ਵੀ ਅਸੀਂ ਪ੍ਰਸ਼ਾਸਨ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਜੇ ਪ੍ਰਸ਼ਾਸਨ ਕੋਲ। ਪ੍ਰਸ਼ਾਸਨ ਨੇ ਕਿਹਾ ਤੁਸੀਂ ਥਾਣੇ ਲੈ ਆਓ, ਉਹ ਆਪਣੀਆਂ ਗੱਡੀਆਂ 'ਤੇ ਬਹਿ ਕੇ ਥਾਣੇ ਗਏ, ਸ਼ਰੇਆਮ ਥਾਣੇ ਦੇ ਗਾੜੀ ਜਿਹੜੀ ਘਟਨਾ ਵਾਪਰੀ ਇਹ ਪ੍ਰਸ਼ਾਸਨ ਦੀ ਨਲਾਇਕੀ ਅਤੇ ਅਣਗਹਿਲੀ ਕਾਰਨ ਹੋਇਆ, ਇਹਦਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ। ਇੱਕ ਪਾਸੜ ਕੀਤੇ ਗਏ ਆ ਲਗਭਗ ਸਤਿਕਾਰ ਕਮੇਟੀ ਦੇ 22 ਜਣਿਆਂ ਦੇ, ਕਿਉਂਕਿ 9 ਜਣੇ ਦੇ ਨਾਮਜ਼ਦ ਹੋ ਚੁੱਕੇ, ਨਾਮ ਹੈਗੇ ਆ, ਬਾਕੀ ਅਣਪਛਾਤੇ ਵਿਅਕਤੀਆਂ ਦੇ। ਅਤੇ ਜੇ ਦੂਜੇ ਪਾਸਿਓਂ ਗੱਲ ਕਰਦੇ ਹਾਂ ਤਾਂ ਕੋਈ ਵੀ ਪਰਚਾ ਨਹੀਂ ਦਰਜ ਹੋਇਆ। ਹਾਂ, ਪਰਚਾ ਵੀ ਦਰਜ ਨਹੀਂ ਹੋਇਆ। ਇੱਕ ਵੀਡੀਓ ਵਾਇਰਲ ਹੋਈ ਆ, ਉਹ ਸਾਰੇ ਅਫਸਰਾਂ ਕੋਲ ਚਲੀ ਵੀ ਗਈ ਆ,
ਉਹ ਵੇਖ ਕੇ ਅਤੇ ਪ੍ਰਸ਼ਾ ਉਹਨੂੰ ਵੱਡੇ ਅਫਸਰਾਂ ਨੂੰ ਅਤੇ ਜਿਹੜੇ ਉੱਚ ਅਧਿਕਾਰੀ ਉਹਨਾਂ ਨੂੰ ਵੇਖ ਕੇ ਕਰ ਦੇਣਾ ਚਾਹੀਦਾ ਵਾ ਕਿ ਸ਼ਰੇਆਮ ਲਾਗੇ ਖਲੋ ਕੇ ਮੁਲਾਜ਼ਮ ਖਲੋਤੇ ਆ, ਕੋਈ ਡੱਕ ਨਹੀਂ ਰਿਹਾ ਜਾਂ ਦਬਕਾ ਨਹੀਂ ਮਾਰਿਆ, ਉਹ ਸ਼ਰੇਆਮ ਗੱਡੀਆਂ ਜਿਹੜੀਆਂ ਸ਼ੀਸ਼ੇ ਭਰ ਰਹੇ, ਗੱਡੀਆਂ ਦਾ ਨੁਕਸਾਨ ਕਰ ਰਹੇ ਆ। ਰਣਜੀਤ ਸਿੰਘ ਜੀ, ਇੱਕ ਕਾਰਡ ਦੀ ਆਪਾਂ ਗੱਲ ਕਰਦੇ ਹਾਂ, ਜਿਹੜਾ ਕਾਰਡ ਉਹਨਾਂ ਵੱਲੋਂ ਦਿੱਤਾ ਗਿਆ, ਅਸੀਂ ਕੋਸ਼ਿਸ਼ ਕੀਤੀ ਸੀ ਉਹਨਾਂ ਨਾਲ ਗੱਲਬਾਤ ਕਰਨ ਦੀ ਕਿਉਂਕਿ ਸੰਗਤ ਨੂੰ ਸੁਣਾਉਣਾ ਚਾਹੁੰਦੇ ਸੀ ਕਿ ਉਹਨਾਂ ਦੇ ਕੀ ਵਿਚਾਰ ਆ, ਪਰ ਉਹਨਾਂ ਨੇ ਕੈਮਰੇ ਤੋਂ ਅੱਗੇ ਆਉਣ ਤੋਂ ਕੰਨੀ ਕਰਾ ਚੁੱਕੇ ਸੀ। ਉਹ ਕਹਿੰਦੇ ਸੀ ਅੱਗੇ ਨਹੀਂ ਆਉਣਾ। ਜੇ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਜਿਹੜੀ ਇਸ ਸੰਸਥਾ ਦੇ ਨਾਲ ਜੁੜੇ ਹੋਏ, ਨੂਰ ਮੇਲੇ ਨਾਲ ਜੁੜੇ ਆ, ਉਹਨਾਂ ਦਾ ਕਹਿਣਾ ਸੀ ਕਿ ਅਸੀਂ ਨੂਰ ਮਹਿਲ ਤੋਂ ਅੱਗੇ ਇੱਕ ਸੰਸਥਾ ਬਣਾਈ ਹੈਗੀ ਆ, ਉਹ ਕਾਰਡ ਇਹ ਯੂਜ਼ ਕੀਤਾ ਜਾ ਰਿਹਾ ਯੁਵਾ ਪਰਿਵਾਰ ਸੇਵਾ ਸਮਿਤੀ, ਤੁਹਾਨੂੰ ਨਹੀਂ ਲੱਗਦਾ ਕਿ ਭੁਲੇਖੇ ਪਾਏ ਜਾ? ਹਾਂ, ਇਹ ਭੁਲੇਖੇ ਪਾਏ ਜਾ ਰਹੇ ਆ ਕਿ ਲੋਕ ਨੂਰ ਮਹਿਲ ਸੰਸਥਾ ਦੇ ਨਾਲ ਬਹੁਤ ਐਂਟੀ ਐਸ ਸਿੱਖ ਪਰਿਵਾਰ, ਅਤੇ ਅੱਜ ਆਪਾਂ ਨਾਂ ਬਦਲੀਏ, ਨਾਂ ਬਦਲਣ ਦੇ ਕਾਰਨ ਆਪਾਂ ਜਿਹੜਾ ਘਰਾਂ ਦੇ ਵਿੱਚ ਵਿਚਰਾਂਗੇ, ਗੁਰਦੁਆਰਿਆਂ 'ਚ ਅਨਾਊਂਸਮੈਂਟ ਕਰ ਦਾਂਗੇ ਕਿ ਤੁਹਾਡੇ ਬੱਚਿਆਂ ਨੂੰ ਨਸ਼ਾ ਛਡਾਇਆ ਜਾਣਾ, ਕਿਉਂਕਿ ਇਹ ਕਾਫੀ ਪਿੰਡਾਂ ਦੇ ਵਿੱਚ ਅੱਜ ਪਤਾ ਲੱਗ ਰਿਹਾ ਵਾ, ਸਾਰੇ ਕਹਿ ਰਹੇ ਕਿ ਹਾਂ ਘਰ ਘਰ ਜਾ ਕੇ ਇਹਨਾਂ ਨੇ ਆਪਣਾ ਇੱਕ ਮੀਡੀਆ ਵੱਖਰਾ ਰੱਖਿਆ ਵਾ, ਲੋਕਾਂ ਦੇ ਘਰਾਂ 'ਚ ਜਾ ਕੇ ਤੁਹਾਡਾ ਬੱਚਾ ਨਸ਼ੇੜੀ ਉਹਦਾ ਨਸ਼ਾ ਛਡਾ ਦੇਵਾਂਗੇ, ਤੁਸੀਂ ਸਾਡੇ ਨਾਲ ਅਟੈਚ ਹੋ, ਇੱਦਾਂ ਦੇ ਲਾਲਚ ਦੇ ਕਰਕੇ, ਕਿਉਂਕਿ ਨਾ ਤਾਂ ਸ਼੍ਰੋਮਣੀ ਕਮੇਟੀ ਕੁਝ ਕਰ ਰਹੀ ਆ, ਕਿਉਂਕਿ ਬੱਚੇ ਸਿੱਖਾਂ ਦੇ ਬਹੁਤ ਨਸ਼ੇੜੀ ਹੋ ਚੁੱਕੇ ਨੇ, ਕੋਈ ਵੀ ਅਜੇ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਐਸੇ ਕੈਂਪ ਨਹੀਂ ਲਾਏ ਗਏ, ਇਹ ਚੀਜ਼ਾਂ ਉਹਨਾਂ ਦੇ ਬਹਾਨੇ ਲਾ ਕਰਕੇ ਫਾਇਦਾ ਲੈ ਰਹੇ, ਇਸ ਚੀਜ਼ ਦਾ ਫਾਇਦਾ ਲੈ ਰਹੇ ਆ ਨੂਰ ਮਹਿਲ ਸੰਸਥਾ ਵਾਲੇ ਕਿ ਅਸੀਂ ਇੱਦਾਂ ਕਰੀਏ ਕਿ ਆਪਣਾ ਆਹ ਪ੍ਰੋਗਰਾਮ ਨਹੀਂ ਜਿਹਦੇ ਨਾਲ ਸਾਡੇ ਨਾਲ ਹੋਰ ਲੋਕ ਜੁੜਨ, ਅਤੇ ਅਸੀਂ ਉਹਨਾਂ ਨੂੰ ਫਿਰ ਲਿਆ ਕੇ ਨੂਰ ਮਹਿਲ ਦੀ ਜਿਹੜਾ ਮੇਨ ਡੇਰੇ ਉਹਨਾਂ ਨਾਲ ਜੁੜਿਆ ਜਾਵੇ। ਇਹ ਸ਼੍ਰੋਮਣੀ ਕਮੇਟੀ ਨੂੰ ਅਤੇ ਹੋਰ ਜਿਹੜੀਆਂ ਮੇਨ ਜਥੇਬੰਦੀਆਂ ਜਿਹਨਾਂ ਕੋਲ ਕਰੋੜਾਂ ਰੁਪਈਏ ਨੇ, ਉਹ ਇਹ ਚੀਜ਼ਾਂ ਦਾ ਉਪਰਾਲਾ ਕਰ ਲੈਣ, ਚੰਗੇ ਰਹਿ ਦੇਣ, ਕਿਉਂਕਿ ਸਰਸੇ ਵਾਲੇ ਡੇਰੇ ਨਾਲ ਜਿਹੜੇ ਲੋਕ ਜੁੜੇ ਸਨ ਉਹ ਇਹੋ ਕਰਕੇ ਜੁੜੇ ਸਨ ਕਿ ਉਹਨਾਂ ਨੂੰ ਉੱਥੋਂ ਸਹਾਇਤਾ ਮਿਲਦੀ ਸੀ, ਇੱਥੇ ਸਹਾਇਤਾ ਕੋਈ ਨਹੀਂ ਮਿਲਦੀ, ਨਾ ਹਸਪਤਾਲਾਂ 'ਚੋਂ, ਨਾ ਸਕੂਲਾਂ ਦੇ ਵਿੱਚੋਂ, ਅਤੇ ਨਾ ਅਜੇ ਤੱਕ ਸਿੱਖਾਂ ਦੇ ਬੱਚਿਆਂ ਨੂੰ ਕੋਈ ਨੌਕਰੀਆਂ ਮਿਲ ਰਹੀਆਂ ਨੇ, ਨਾ ਪਰਿਵਾਰਾਂ ਨੂੰ, ਜਿਹਦੇ ਕਰਕੇ ਅੱਜ ਜਿਹੜੇ ਲੋਕ ਇਹ ਚੀਜ਼ ਵੱਲ ਕ੍ਰਿਸ਼ਨ ਧਰਮ ਵੱਲ ਤੁਰੇ ਜਾ ਰਹੇ ਨੇ, ਲਾਲਚ ਕਰਕੇ ਡੇਰਾ ਵੱਲ ਤੁਰੇ ਜਾ ਰਹੇ ਨੇ, ਇਹ ਲਾਗੇ ਨਹੀਂ ਲਾ ਰਹੇ। ਜੇ ਤੁਸੀਂ ਕਮਰੇ ਲੈਣੇ ਨੇ ਸ਼੍ਰੋਮਣੀ ਕਮੇਟੀ ਕੋਲੋਂ, ਉਹ ਵੀ ਅੱਜ ਤੁਸੀਂ ਮੈਂਬਰ ਦਾ ਫੋਨ ਕਰਾ ਦੋਗੇ ਅਤੇ ਫਿਰ ਕਮਰਾ ਮਿਲ ਜਾਵੇਗਾ। ਗਰੀਬ ਬਾਹਰ ਪਿਆ ਹੋਊਗਾ ਜਾਂ ਆਪਣੇ ਲੰਗਰ ਹਾਲਾਂ 'ਚ, ਅਤੇ ਜਾਂ ਦੀਵਾਨ ਹਾਲ 'ਚ, ਅਤੇ ਜਾਂ ਬਾਹਰ ਬਰਾਂਡਿਆਂ ਦੇ ਵਿੱਚ, ਅਤੇ ਜਿਹੜੇ ਅਮੀਰ ਲੋਕ, ਚਲੋ ਉਹਨਾਂ ਦੇ ਫੋਨ ਚੱਲ ਜਾਂਦੇ ਨੇ, ਪਹਿਲਾਂ ਫੋਨਾਂ ਦੇ 'ਤੇ ਬੁੱਕ ਕਰਾ ਲੈਂਦੇ ਨੇ, ਅਮੀਰ ਘਰ ਵੀ ਆਪਣਾ ਐਸ਼ ਲੈਂਦਾ ਹੈ, ਆਪਣੀ ਐਸ਼ ਪ੍ਰਤੀ ਪੂਰਾ ਸੁੱਖ ਲੈਂਦਾ, ਅਤੇ ਉੱਥੇ ਜਾ ਕੇ ਵੀ ਕਮਰੇ ਗਰੀਬਾਂ ਨੂੰ ਨਹੀਂ ਮਿਲਦੇ, ਜਿਹਦੇ ਕਰਕੇ ਗਰੀਬ ਅੱਜ ਉਹ ਇਹਨਾਂ ਡੇਰਿਆਂ ਨਾਲ ਜੁੜ ਰਹੇ ਨੇ। ਇਹ ਆਪਾਂ ਨੂੰ ਰੋਕ ਸਕਦੇ ਹਾਂ ਆਪਾਂ ਇਹਨੂੰ ਡੇਰਿਆਂ ਨਾਲ ਜੋੜਨਾ? ਅੱਜ ਇੱਕ ਖਮਿਆਜ਼ਾ 'ਤੇ ਭੁਗਤ ਚੁੱਕੇ ਹਾਂ ਅਸੀਂ ਕਿ ਡੇਰਾ ਸਾਥ ਸੌਦਾ ਸਾਥ ਜਿਹੜਾ ਕਿ ਇਸ ਟਾਈਮ ਸਲਾਖਾਂ ਪਿੱਛੇ ਹੈਗਾ, ਅਤੇ ਜੇ ਉਹਦੇ ਕਾਲੇ ਕਾਰਨਾਮੇ ਇਸ ਟਾਈਮ ਦੇ ਉੱਤੇ ਜੇ ਮੀਡੀਆ ਉਜਾਗਰ ਕਰ ਰਿਹਾ ਹੈਗਾ, ਅਤੇ ਇੱਕ ਤੋਂ ਇੱਕ ਕਾਲੇ ਕਾਰਨਾਮੇ ਨਿਕਲ ਰਹੇ ਆ। ਜੇ ਇਸ ਸਾਥ ਦੀ ਵੀ ਗੱਲ ਕਰਦੇ ਹਾਂ, ਅਤੇ ਲੰਬੇ ਸਮੇਂ ਤੋਂ ਅੰਦਰ ਪਿਆ ਜਿਹੜਾ ਕਿਹਾ ਜਾ ਰਿਹਾ ਕਿ ਫਰਿੱਜ ਲਾਇਆ ਗਿਆ ਅਤੇ ਆਉਣ ਵਾਲੇ ਸਮੇਂ 'ਚ ਬਾਬੇ ਨੇ ਪ੍ਰਤੱਖ ਰੂਪ 'ਚ ਹਾਜ਼ਰ ਹੋ ਜਾਣਾ, ਤੁਹਾਨੂੰ ਕੀ ਲੱਗਦਾ? ਇੱਕ ਬਹੁਤ ਤਕੜਾ ਭੁਲੇਖਾ ਪਾਇਆ ਗਿਆ ਸਰਕਾਰਾਂ ਨੂੰ ਕਿ ਜੇਕਰ ਉਹਨੂੰ ਉੱਥੋਂ ਉਹਦਾ ਕੱਢ ਕੇ ਸੰਸਕਾਰ ਕਰ ਦਿੱਤਾ ਗਿਆ ਅਤੇ ਇੱਥੇ ਡੇਰੇ ਦੇ 'ਚ ਕੋਈ ਇਹਨੇ ਹੋਰ ਕਬਜ਼ਾ ਕਰ ਲੈਣਾ ਵਾ, ਅਤੇ ਜਿਹੜੇ ਦੂਜੇ ਲਾਗੇ ਲਾਗੇ ਉਹਦੇ ਮੈਂ ਪੈਰੋਕਾਰ ਵਾ, ਉਹ ਉਹਦੇ ਨਾਂ 'ਤੇ ਜਿਹੜਾ ਲੋਕਾਂ ਕੋਲੋਂ ਪੈਸਾ ਇਕੱਠਾ ਕਰਨ ਦਾ ਜਿਹੜਾ ਇੱਕ ਜ਼ਰੀਆ ਬਣਾਇਆ ਹੋਇਆ ਵਾ। ਅਤੇ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵਾਂ ਕਿ ਸਾਡੇ ਬਹੁਤ ਪੰਜਾਬ ਦੇ ਵਿੱਚ ਵੀ ਅਤੇ ਬਾਹਰ ਵੀ ਐਡਵੋਕੇਟ ਪੜ੍ਹੇ ਲਿਖੇ ਬੈਠੇ ਨੇ, ਕਿਉਂਕਿ ਪੰਜਾਬ ਵਿੱਚ ਹਰ ਇੱਕ ਪਿੰਡ ਵਿੱਚ ਕੋਈ ਨਾ ਕੋਈ ਪਖੰਡੀ ਜਿਹੜਾ ਬੈਠਾ ਵਾ, ਉਹ ਭਾਵੇਂ ਛੋਟਾ ਅਤੇ ਭਾਵੇਂ ਵੱਡਾ, ਉਹਨੂੰ ਹੁਣ ਤੋਂ ਹੀ ਸਰਕਾਰ ਕਾਬੂ ਕਰ ਲਵੇ, ਅਤੇ ਜਿਹੜੇ ਸਾਡੇ ਐਡਵੋਕੇਟ ਨੇ ਜਿਹੜੇ ਹਾਈ ਕੋਰਟ ਦੇ ਵੀ ਆ, ਹੋਰ ਵੀ ਆ, ਉਹ ਵੀ ਇਹਨਾਂ ਨੂੰ ਇੱਕ ਲੋਕਾਂ ਦੇ ਭਲੇ ਵਾਸਤੇ ਇਹ ਚੀਜ਼ ਜਿਹੜੀ ਰੇਟ ਪਾਉਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਡੇਰੇ ਨੇ ਜਿਹੜੇ ਅੱਜ ਆਪ, ਕਿਉਂਕਿ ਜੇ ਰਹਿਰੋ ਸਵਾਮੀ ਡੇਰੇ ਦੀ ਗੱਲ ਕਰਦੇ ਹਾਂ, ਉਹਨਾਂ ਨੇ ਵੀ ਗਰੀਬ ਘਰਾਂ ਦੇ, ਮੈਂ ਖੁਦ ਜਾ ਕੇ ਉਹ ਮਤਾਵਾਂ ਰੋਂਦੀਆਂ ਵੇਖੀਆਂ ਜਿਨ੍ਹਾਂ ਦੇ ਘਰਾਂ ਦੇ ਲਾਗੇ ਲਾਗੇ GCB ਦੇ ਨਾਲ ਢਾਹ ਲਾ ਕੇ ਕਿ ਇੱਕ ਮਕਾਨ ਡਿੱਗ ਪਵੇ ਅਤੇ ਛੱਡ ਕੇ ਭਾਜਣ, ਸੋਲੇ ਭਾਅ ਖਰੀਦ ਕਰਕੇ, ਇੱਦਾਂ ਬਹੁਤ ਉਹਨਾਂ ਨੇ ਵੀ ਜ਼ਮੀਨਾਂ 'ਤੇ ਕਬਜ਼ੇ ਕੀਤੇ ਨੇ, ਜਿਹੜੀਆਂ ਪੰਚਾਇਤ ਦੀਆਂ ਜ਼ਮੀਨਾਂ ਦੇ ਬਿਲਕੁਲ GD ਰੋਡ ਦੇ ਲਾਗੇ ਇੱਕ ਕਬਜ਼ਾ ਕੀਤਾ ਵਾ, ਉਹ ਸਾਰੇ ਜਾਣਦੇ ਹੋਣਗੇ, ਕਿਉਂਕਿ ਉੱਥੇ ਜੇ ਫੈਕਟਰੀਆਂ ਲਾਈ ਜਾਣ ਵਾ ਪੰਚਾਇਤ ਦੀ ਜਾਇਦਾਦ ਦੇ ਵਿੱਚ, ਕੋਈ ਸਰਕਾਰ ਲਾਵੇ ਅਤੇ ਕਈਆਂ ਨੂੰ ਰੋਜ਼ਗਾਰ ਮਿਲ ਸਕਦਾ ਵਾ, ਕਈਆਂ ਨੂੰ ਨੌਕਰੀਆਂ ਮਿਲ ਸਕਦੀਆਂ, ਕਈ ਨੂੰ ਰੋਜ਼ੀ ਰੋਟੀ ਮਿਲ ਸਕਦੀ ਆ। ਇਹ ਕਰਕੇ ਇਹ ਚੀਜ਼ਾਂ ਜਿਹੜਾ ਡੇਰੇ ਨੂੰ ਅੱਜ ਜਿਹੜਾ ਉਤਸ਼ਾਹ ਕੀਤਾ ਜਾ ਰਿਹਾ, ਡੇਰੇਵਾਦ ਨੂੰ ਪ੍ਰਫੁੱਲਤ ਕਰਨ ਵਾਸਤੇ ਸਾਡੇ ਸਿਆਸੀ ਪਾਰਟੀਆਂ ਅਤੇ ਸਾਡੇ ਲੀਡਰਾਂ ਦਾ ਵੀ ਪ੍ਰਮੁੱਖ ਕੰਮ ਹੈਗਾ। ਹਾਂ, ਲੀਡਰਾਂ ਨੂੰ ਇਹ ਬਣ ਗਿਆ ਉਹਨਾਂ ਨੂੰ ਬਹਾਨਾ ਕਿ ਅਸੀਂ ਜਦੋਂ ਪਿੰਡਾਂ ਵਿੱਚ ਵਿਚਰਦੇ ਹਾਂ ਕਿ ਸਾਨੂੰ ਵੋਟ ਸਾਨੂੰ ਘਰ ਘਰ ਫਿਰਨਾ ਪੈਂਦਾ ਵਾ, ਇਹ ਸਾਡੀ ਵੋਟ ਬੈਂਕ ਜਿਹੜੀ ਆ ਇੱਕ ਥਾਂ 'ਤੇ ਸਾਨੂੰ ਪ੍ਰਾਪਤ ਹੋ ਜਾਂਦੀ ਆ, ਨਾਲੇ ਤਾਂ ਸਾਨੂੰ ਉੱਥੇ ਸਤਿਕਾਰ ਮਾਣ ਮਿਲਦੇ ਆ, ਨਾਲੇ ਬਾਬੇ ਨੂੰ ਗ੍ਰਾਂਟਾਂ ਦੇ ਦੀਆਂ, ਕਿਉਂਕਿ ਇੱਕ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਆ, ਜਿੱਥੇ ਸਾਰੇ ਜਾ ਕੇ ਅਕਾਲੀ ਲੀਡਰ, ਕਾਂਗਰਸੀ, ਕੋਈ ਸਿਆਸੀ ਜਿਹੜੇ ਉਹ ਕਾਨਫਰੰਸਾਂ ਜ਼ਰੂਰ ਕਰਦੇ ਆ, ਪਰ ਜਦੋਂ ਆਪਾਂ ਗੜ੍ਹ ਸ਼ੰਕਰ ਥਾਣੀ ਅਨੰਦਪੁਰ ਸਾਹਿਬ ਨੂੰ ਜਾਈਏ, ਉਹ ਸੜਕ ਇੰਨੀ ਖਸਤਾ ਹਾਲ ਦੇ ਵਿੱਚ ਵਾ, ਉਦੋਂ ਦੁੱਖ ਲੱਗਦਾ ਵਾ ਕਿ ਅੱਜ ਜਿਹੜੀਆਂ ਡੇਰਿਆਂ ਨੂੰ ਸੜਕਾਂ
ਨੇ ਉਹਨਾਂ ਦੇ ਉੱਤੇ ਬਹੁਤ ਵਧੀਆ ਲੁੱਕ ਅਤੇ ਬਹੁਤ ਮਹਿੰਗਾ ਲੁੱਕ ਜਿਹੜਾ ਪਾਇਆ ਹੋਇਆ ਵਾ ਅਤੇ ਜਿਹੜੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਹੈ ਜਿੱਥੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਅੰਮ੍ਰਿਤ ਦੀ ਦਾਤ ਲੈ ਦਿੱਤੀ ਹੈ ਅਤੇ ਉੱਥੇ ਉਹ ਅਸਥਾਨਾਂ ਨੂੰ ਸੜਕਾਂ ਜਾਣ ਵਾਲੀਆਂ ਬਹੁਤ ਘਟੀਆ ਸੜਕਾਂ ਨੇ ਅਤੇ ਇੱਥੋਂ ਪਤਾ ਲੱਗਦਾ ਕਿ ਇਹ ਗੁਰੂ ਘਰ ਨਾਲ ਜਿੱਥੇ ਕਾਨ ਪ੍ਰਸਾ ਕਰ ਰਹੇ ਨੇ ਕਿਉਂਕਿ ਡੇਰਿਆਂ ਦੇ ਜੇ ਭੰਡਾਰੇ ਹੁੰਦੇ ਨੇ ਰਹਿਦਾ ਸਵਾਮੀ ਡੇਰੇ ਦੇ ਵੀ ਭੰਡਾਰਾ ਲੱਗਦਾ ਬਹੁਤ ਵੱਡਾ ਉੱਥੇ ਜਾ ਕੇ ਅਕਾਲੀ ਕਾਨਫਰੰਸ ਨਾ ਕਾਂਗਰਸੀ ਨਾ ਅਕਾਲੀ ਨਾ ਆਪ ਵਾਲੇ ਕੋਈ ਵੀ ਲੀਡਰ ਸਿਆਸੀ ਜਾ ਕੇ ਉੱਥੇ ਕਾਨਫਰੰਸ ਨਹੀਂ ਕਰਦਾ ਕੇਵਲ ਜਦੋਂ ਕਾਨਫਰੰਸ ਕਰਦਾ ਵਾ ਇਹ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਮੁਕਤਸਰ ਸਾਹਿਬ ਇੱਦਾਂ ਅਨੰਦਪੁਰ ਸਾਹਿਬ ਇੱਦਾਂ ਕਾਫੀ ਜਿੱਥੇ ਜਿੱਥੇ ਮਹਾਰਾਜ ਦੇ ਜੋੜ ਮੇਲੇ ਲੱਗਦੇ ਉੱਥੇ ਜਾ ਕੇ ਫਤਿਹਗੜ੍ਹ ਸਾਹਿਬ ਉੱਥੇ ਜਾ ਕੇ ਇੱਕ ਸਿਆਸੀ ਕਾਨਫਰੰਸਾਂ ਰੋਟੀਆਂ ਸੇਕਦੇ ਨੇ ਪਰ ਇਹ ਨਹੀਂ ਸੋਚਦੇ ਕਿ ਜਿਹੜੀਆਂ ਇਹਨਾਂ ਨੂੰ ਸੜਕਾਂ ਜਾਣ ਵਾਲੀਆਂ ਬਹੁਤ ਘਟੀਆ ਇੱਕ ਬਾਬਾ ਬਕਾਲਾ ਸਾਹਿਬ ਦੀ ਮੈਂ ਘਟਨਾ ਲੋਕਾਂ ਨੂੰ ਦੱਸਣਾ ਚਾਹੁੰਦਾ ਕਿਉਂਕਿ ਦਾਸ ਦੀ ਗੱਲ ਚੰਗੀ ਲੱਗੇ ਅਤੇ ਚਲੋ ਇਹਨੂੰ ਧਿਆਨ ਵਿੱਚ ਲਿਓ ਜਦੋਂ ਬਾਬਾ ਬਕਾਲਾ ਸਾਹਿਬ ਰਈਏ ਮੋੜ ਤੋਂ ਸੜਕ ਦਾ ਪੁਲ ਬਣਨਾ ਸੀ ਰੇਲ ਦੇ ਉੱਪਰੋਂ ਦੀ ਕਾਂਗਰਸ ਦਾ ਸਮਾਂ ਸੀ ਇੰਨਾ ਸਮਾਂ ਉਹ ਪੁਲ ਡੱਕਿਆ ਗਿਆ ਸੈਂਟਰ ਨੇ ਆਰਡਰ ਨਹੀਂ ਦਿੱਤਾ ਪੁਲ ਬਣਾਉਣ ਵਾਸਤੇ ਅਤੇ ਡੇਰੇ ਨੂੰ ਆਹ ਥੋੜ੍ਹਾ ਚਿਰ ਹੋ ਗਿਆ ਸਿਰਫ ਸਾਲ ਕੁ ਹੋਇਆ 10-15 ਦਿਨਾਂ ਦੇ ਵਿੱਚ ਇੱਕ ਨਵੀਂ ਸੜਕ ਰੇਲ ਦੇ ਉੱਪਰੋਂ ਦੀ ਉਹਨਾਂ ਨੇ ਜਲਦੀ ਜਲਦੀ ਪੁਲ ਤਿਆਰ ਕਰਕੇ ਅਤੇ ਉਹ ਬਿਆਸ ਡੇਰੇ ਨੂੰ ਸੜਕ ਬਣਾ ਦਿੱਤੀ ਦਿਨਾਂ ਦੇ ਵਿੱਚ ਹੀ ਅਤੇ ਬਾਬਾ ਬਕਾਲਾ ਸਾਹਿਬ ਨੂੰ ਜਾਣ ਵਾਲੀ ਸੜਕ ਦਾ ਤੁਸੀਂ ਆਪੇ ਜਿਹੜੇ ਇੱਥੋਂ ਦੇ ਰਹਿਣ ਵਾਲਿਆਂ ਨੂੰ ਪਤਾ ਹੋਵੇਗਾ ਕਿੱਦਾਂ ਦੀ ਹੋਵੇਗੀ ਇਸ ਕਰਕੇ ਸਿੱਖ ਸੰਗਤਾਂ ਨੂੰ ਧਿਆਨ ਦੇਣਾ ਚਾਹੀਦਾ ਜਿਹੜਾ ਡੇਰਾਵਾਰ ਵਾ ਉਹਨਾਂ ਨੂੰ ਸਰਕਾਰਾਂ ਵੀ ਅਤੇ ਸਾਡੇ ਮੰਤਰੀ ਵੀ ਸ਼ਹਿ ਦੇ ਰਹੇ ਆ ਜਿਹਦੇ ਕਰਕੇ ਉਹਨਾਂ ਦੇ ਕੋਲ ਨਜਾਇਜ਼ ਹਥਿਆਰ ਨਜਾਇਜ਼ ਨਿਜਾਨੀਆਂ ਧੱਕੇਸ਼ਾਹੀ ਕਰ ਰਹੀ ਹੈ ਕਿ ਸਾਡੇ ਕੋਲ ਨੂੰ ਸਾਨੂੰ ਪਰਵਾਹ ਕੋਈ ਨਹੀਂ ਹੈ ਸਾਡੇ ਕੋਲ ਮੰਤਰੀ ਪ੍ਰਧਾਨ ਮੰਤਰੀ ਸਾਡੇ ਕੋਲ ਆਣ ਕੇ ਝੁਕਦੇ ਨੇ ਅਤੇ ਤਾਂ ਕਰਕੇ ਅੱਜ ਲੋਕ ਇਸ ਗੁਰੂ ਘਰ ਨਾਲੋਂ ਕਿਉਂਕਿ ਵੱਡੇ ਵੱਡੇ ਅਵਸਰ ਮੈਂ ਵੇਖੇ ਆ ਕਿ ਜਿਹੜੇ ਇਹਨਾਂ ਸਾਖਾਂ ਦੇ ਨਾਲ ਜੁੜੇ ਹੋਏ ਆ ਨੂਰਮਹਿਲ ਦੇ ਨਾਲ ਸਰਸੇ ਵਾਲੇ ਦੇ ਨਾਲ ਰਾਮ ਰਹੀਮ ਨਾਲ ਆਦਿ ਦੂਜੇ ਨਾਲ ਅਸ਼ੂਤੋਸ਼ ਦੇ ਨਾਲ ਭਨਿਆਰੇ ਵਾਲੇ ਨਾਲ ਕਿਉਂਕਿ ਇੱਕ ਭਨਿਆਰੇ ਵਾਲਾ ਹੀ ਆ ਪੰਜਾਬ 'ਚ ਰਹਿੰਦਾ ਜਿਹਨੇ ਗੁਰੂ ਸਾਹਿਬ ਜੀ ਦਾ ਨਿਰਾਦਰ ਕੀਤਾ ਉਹਨੂੰ ਜੱਡ ਸਲਾਖ ਪਲੱਸ ਪੀਸ ਦਿੱਤੀ ਹੋਈ ਹੈ ਬਹੁਤ ਮਹਿੰਗੀ ਪੀਸ ਦਿੱਤੀ ਗਈ ਹੈ ਗਨਮੈਨ ਦਿੱਤੇ ਗਏ ਆ ਮੈਂ ਬੀਬੀ ਜਗੀਰ ਕੌਰ ਨੂੰ ਕਿਹਾ ਕਿ ਉਹ ਪੰਜਾਬ ਦੇ ਵਿੱਚ ਰਹਿਣ ਵਾਲਾ ਵਾ ਕਹਿੰਦਾ ਨਹੀਂ ਉਹਨੇ ਆਉਂਦੀ ਸੈਂਟਰ ਸਰਕਾਰ ਨੇ ਦਿੱਤੀ ਆ ਮੈਂ ਪੰਜਾਬ ਸਰਕਾਰ ਨੇ ਮੁਹੱਈਆ ਕਰਾਈ ਆ ਲਿਖ ਕੇ ਦਿੱਤਾ ਤਾਂ ਮਿਲੀ ਉਹਨੂੰ ਭਾਵ ਕਿ ਇੱਦਾਂ ਜਿਹੜਾ ਇਹਨਾਂ ਨੂੰ ਹੁਣ ਨਾਲੇ ਦੇ ਇੱਕ ਨਿਰਾਦਰ ਕਰਨਾ ਅਪਰਾਧ ਕਰਨੇ ਪ੍ਰਫੁੱਲਤ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਹੈਗੀਆਂ ਕਿ ਪ੍ਰਫੁੱਲਤ ਉਹ ਕਰ ਰਹੀਆਂ ਹੈਗੀਆਂ ਅਤੇ ਨੱਥ ਵੀ ਉਹ ਹੀ ਪਾ ਸਕਦੇ ਆ ਹਾਂ ਜਿਹੜੀ ਨੱਥ ਪਾਈ ਗਈ ਉਹ ਪਾਈ ਗਈ ਹੈ CBI ਅਤੇ ਹਾਈਕੋਰਟ ਵੱਲੋਂ ਸੈਂਟਰ ਚਾਹੁੰਦੀ ਜੇ ਸਰਕਾਰ ਪਹਿਲਾਂ ਚਾਹੁੰਦੀ ਅਤੇ ਜੇ ਅੱਜ ਸਰਕਾਰ 'ਤੇ ਧੱਬਾ ਨਹੀਂ ਲੱਗਣਾ ਪਹਿਲਾਂ ਪੈ ਜਾਣੀ ਇੰਨਾ ਨੁਕਸਾਨ ਨਹੀਂ ਸੀ ਹੋਣਾ ਜਿੰਨਾ ਨੁਕਸਾਨ ਕਰੋੜਾਂ ਅਰਬਾਂ ਰੁਪਈਆਂ ਦਾ ਕਿਉਂਕਿ ਜਿਹੜੀਆਂ ਇਹੋ ਜਿਹੇ ਇਹਨਾਂ ਨੇ ਕੰਪਨੀਆਂ ਅਤੇ ਜਿਹੜੀ ਪੰਜਾਬ ਪੁਲਿਸ ਦੇ ਵਿੱਚ ਲੋਕਾਂ ਨੂੰ ਰਾਤ ਦਿਨ ਸੌਂ ਨਹੀਂ ਦਿੱਤਾ ਅਫਸਰਾਂ ਨੂੰ ਉਹ ਸਾਰਾ ਅੱਜ ਨੁਕਸਾਨ ਸਾਡੇ 'ਤੇ ਪੈਣਾ ਵਾ ਅਤੇ ਉਹਦਾ ਉਹਨਾਂ ਦਾ ਗਿਆ ਕੁਝ ਨਹੀਂ ਜੇਕਰ ਹੁਣ ਵੀ ਇਹ ਸੋਚ ਲੈਣ ਜਿਹੜੇ ਪਿੰਡਾਂ ਦੇ ਵਿੱਚ ਬਾਬੇ ਬਣ ਕੇ ਬੈਠੇ ਆ ਲੋਕਾਂ ਨੂੰ ਜਾਲ ਆ ਧਾਗੇ ਦੇ ਰਹੇ ਨੇ ਹਰ ਇੱਕ ਪਿੰਡ 'ਚ ਕਿਉਂਕਿ CID ਸਾਡੀਆਂ ਰਿਪੋਰਟਾਂ ਕਰਦੀ ਆ ਸਾਡੀਆਂ ਇੰਟੈਲੀਜੈਂਸੀ ਰਿਪੋਰਟਾਂ ਜਿਹੜੀਆਂ ਭੇਜਦੀ ਆ ਸਾਨੂੰ CBI ਤੱਕ ਇੱਥੋਂ ਤੱਕ ਲੈ ਜਾਂਦੇ ਆ ਇਹਨਾਂ ਨੂੰ ਅੱਜ ਤੱਕ ਇਹਨਾਂ ਦੇ ਡੇਰਿਆਂ ਦੀ ਤਹਿ ਤੱਕ ਨਹੀਂ ਗਏ ਕਿ ਇਹ ਕੀ ਕਰ ਰਹੇ ਕੀ ਨਹੀਂ ਕਰ ਰਹੇ ਦੋ ਡੇਰੇ ਜਿਹੜੇ ਉਹ ਅੱਜ ਸਾਰਿਆਂ ਸਿੱਖਾਂ ਸੰਗਤਾਂ ਦੇ ਸਾਹਮਣੇ ਆ ਗਏ ਆ ਕਿ ਇਹਨਾਂ ਦੇ ਅੰਦਰ ਕੀ ਅਤੇ ਦੂਜਿਆਂ ਡੇਰਿਆਂ ਦੇ ਵਿੱਚ ਵੀ ਇੱਦਾਂ ਚੱਲ ਰਿਹਾ ਵਾ ਬਿਲਕੁਲ ਜੀ ਡੇਰਾਵਾਦ ਨੂੰ ਜਿਹੜਾ ਬੜਾਵਾ ਕਿਤੇ ਨਾ ਕਿਤੇ ਇਹੋ ਹੀ ਸਾਡੇ ਮੰਤਰੀ ਸਾਡੀਆਂ ਸਰਕਾਰਾਂ ਦੇ ਰਹੀਆਂ ਹੈਗੀਆਂ ਬਲਬੀਰ ਸਿੰਘ ਮੁੱਛ ਸਾਡੇ ਨਾਲ ਜੁੜੇ ਹੈਗੇ ਸੀ ਜੇ ਗੱਲ ਕਰਦੇ ਹਾਂ ਅਤੇ ਅੱਜ ਵਾਲੇ ਕੇਸ ਦੀ ਡੇਰਾ ਕਿ ਨੂਰ ਮੇਲੇ ਅਤੇ ਸਿੰਘਾਂ ਦੇ ਵਿੱਚ ਜਿਹਦੇ ਵਿੱਚ ਬਲਬੀਰ ਸਿੰਘ ਮੁੱਛਲ ਸੀ ਤਕਰਾਰ ਹੋਇਆ ਸੀ ਅੱਜ ਤੀਸਰਾ ਦਿਨ ਹੋ ਚੁੱਕਾ ਕੇਵਲ ਸਤਿਕਾਰ ਕਮੇਟੀ ਦੇ ਪਰਚੇ ਦਰਜ ਹੋ ਗਿਆ ਦੂਜੀ ਸਾਈਡ ਤੋਂ ਅੱਜ ਤੱਕ ਕੋਈ ਪਰਚੇ ਦਰਜ ਨਹੀਂ ਹੋਏ ਜੇ ਕਾਰਡ ਦੀ ਗੱਲ ਕਰਦੇ ਹਾਂ ਤਾਂ ਯੁਵਾ ਪਰਿਵਾਰ ਸੇਵਾ ਸਮਿਤੀ ਜਿਹੜਾ ਕਿ ਇਸ ਨਾਮ ਹੇਠ ਸਾਰੇ ਸੰਸਥਾ ਵੱਲੋਂ ਕੰਮ ਕੀਤੇ ਜਾ ਰਹੇ ਹੈਗੇ ਆ ਇਹਦੇ ਉੱਤੇ ਕਿਤੇ ਇਸ ਨੂਰ ਮਹਿਲੀਆ ਦੀ ਸੰਸਥਾ ਦਾ ਜ਼ਿਕਰ ਨਹੀਂ ਆਉਂਦਾ ਜਦੋਂ ਅਸੀਂ ਕੋਸ਼ਿਸ਼ ਕੀਤੀ ਅਕਾਲ ਚੈਨਲ ਦੀ ਟੀਮ ਨੇ ਉੱਥੇ ਜਾ ਕੇ ਮਿਲਣ ਦੀ ਕੋਸ਼ਿਸ਼ ਕੀਤੀ ਨਾਲ ਵੀਰ ਚਰਨਜੀਤ ਸਿੰਘ ਅਤੇ ਵੀਰ ਅਮਰਜੀਤ ਸਿੰਘ ਲਾਡੀ ਅਸੀਂ ਤਿੰਨਾਂ ਨੇ ਜਾ ਕੇ ਦਾਸ ਨੇ ਜਦੋਂ ਗੱਲ ਕੀਤੀ ਉਹਨਾਂ ਕੈਮਰੇ ਸਾਹਮਣੇ ਆਉਣ ਤੋਂ ਕੰਨੀ ਕਤਰਾਈ ਕਹਿੰਦੇ ਕੈਮਰੇ ਸਾਹਮਣੇ ਨਹੀਂ ਆਉਣਾ ਪਰ ਉਹਨਾਂ ਸਾਫ ਦੱਸ ਚੁੱਕੇ ਸੀ ਕਿ ਇਹ ਜਿਹੜੀ ਸੰਸਥਾ ਚੱਲਦੀ ਹੈਗੀ ਆ ਯੁਵਾ ਪਰਿਵਾਰ ਸੇਵਾ ਸਮਿਤੀ ਇਹ ਨੂਰ ਮਹਿਲ ਵੱਲੋਂ ਚਲਾਈ ਜਾ ਰਹੀ ਹੈਗੀ ਆ ਇੱਕ ਨਾਮ ਬਦਲ ਕੇ ਇੱਕ ਭੁਲੇਖਾ ਪਾਉਣ ਦੀ ਨੀਅਤ ਪਰ ਇਹ ਕਿਤੇ ਨਾ ਕਿਤੇ ਆਪਣੇ ਪੈਰ ਜਮਾਉਣ ਦੀ ਖਾਤਰ ਫਿਰ ਸਹਾਰਾ ਲੈ ਰਹੇ ਆ ਯੁਵਾ ਪਰਿਵਾਰ ਸੇਵਾ ਸਮਿਤੀ ਦੇ ਨਾਮ ਹੇਠ ਇਹ ਜਿਹੜੀ ਸੰਸਥਾ ਬਣੀ ਹੈਗੀ ਆ ਜੇ ਵੇਖ ਸਕਦੇ ਹਾਂ ਕਿ ਟਾਂਗਰੇ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਹੈਗਾ ਇੱਕ ਨਡਾਲਾ ਭਲੱਥ ਰੋਡ ਮਾਡਲ ਟਾਊਨ ਸੰਪਰਕ ਨੰਬਰ ਥੱਲੇ ਦਿੱਤੇ ਗਏ ਆ ਇਹੋ ਜਿਹੀਆਂ ਕੁਝ ਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹੈਗੀਆਂ ਜਦੋਂ ਸਤਿਕਾਰ ਕਮੇਟੀ ਦੇ ਸਿੰਘ ਜਾਂ ਨੌਜਵਾਨ ਕੋਈ ਸਵਾਲ ਕਰਦਾ ਹੈਗਾ ਅਤੇ ਪਰਚੇ ਉਲਟ ਇਹਨਾਂ ਦੇ ਉੱਤੇ ਹੁੰਦੇ ਆ ਤਰਸੇ ਵਾਲੇ ਸਾਧ ਤੋਂ ਬਾਅਦ 'ਚ ਇਹ ਸਾਧ ਲਾਉਣਾ ਕਿੱਧਰ ਨੂੰ ਚੱਲ ਰਿਹਾ ਹੈਗਾ ਨੱਥ ਪਾਉਣ ਦੀ ਕਿਹਦੀ ਜ਼ਿੰਮੇਵਾਰੀ ਆ ਜੇ ਨੱਥ ਪ੍ਰਸ਼ਾਸਨ ਖੋਲ੍ਹ ਦੂਗਾ ਤਾਂ ਇਹ ਵੀ ਡੇਰੇ ਸਾਧ ਸਰਸੇ ਵਾਲਿਆਂ ਵਾਂਗੂ ਕਿਤੇ ਕੋਈ ਵੱਡਾ ਨੁਕਸਾਨ ਕਰੂਗਾ ਕਿਉਂਕਿ ਵੱਟ ਫੱਟ ਹੋ ਚੁੱਕੀ ਸੀ ਅੱਜ ਤੀਸਰਾ ਦਿਨ ਆ ਉੱਥੇ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਕੁਛ ਬਚਾਅ ਹੋ ਚੁੱਕਾ ਸੱਟਾਂ ਦੋਵਾਂ ਧਿਰਾਂ ਨੂੰ ਆਪਾਂ ਕਵਾਂਗੇ ਦੋਵੇਂ ਪਾਸੇ ਲੱਗੀਆਂ ਹੈਗੀਆਂ ਪਰ ਪਰਚੀ ਇੱਕ ਪਾਸੜ ਹੈਗੀ ਆ ਵੇਖਦੇ ਹਾਂ ਕਾਨੂੰਨ ਆਪਣੀ ਕੀ ਕਾਰਵਾਈ ਕਰਦਾ
ਮੇਰਾ ਨਾਮ ਰਣਜੀਤ ਸਿੰਘ ਆ ਜੀ। ਰਣਜੀਤ ਸਿੰਘ ਜੀ, ਤੁਸੀਂ ਕਿਹੜੀਆਂ ਸੇਵਾਵਾਂ ਨਿਭਾਉਂਦੇ? ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਾ ਇੱਥੋਂ ਸੇਵਾਦਾਰਾਂ ਜੀ ਮਜੀਠਾ ਰੋਡ ਅੰਮ੍ਰਿਤਸਰ ਤੋਂ। ਅਤੇ ਸਤਿਕਾਰ ਕਮੇਟੀ ਦੀ ਗੱਲ ਚੱਲ ਰਹੀ ਹੈ ਅਤੇ ਸਤਿਕਾਰ ਕਮੇਟੀ ਦੇ ਸਿੰਘਾਂ ਦੇ ਉੱਤੇ ਇੱਕ ਵੱਡਾ ਭਾਣਾ ਵਾਪਰਿਆ ਸੀ ਪਰਸੋਂ ਦੀ ਗੱਲ ਹੈਗੀ, ਸ਼ਾਮ ਦਾ ਲਗਭਗ 6:45 ਵਜੇ ਦਾ ਸਮਾਂ ਸੀ। ਉਹ ਵੀ ਜਿਹੜੀ ਗੱਲਬਾਤ ਸਾਰੀ ਹੋਈ ਸੀ ਉਹ ਪ੍ਰਸ਼ਾਸਨ ਦੇ ਵਿਚਕਾਰ ਹੋਣ ਦੇ ਬਾਵਜੂਦ ਵੀ ਐਡੀ ਵੱਡੀ ਘਟਨਾ ਵਾਪਰੀ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਵੇਖੋ ਜੀ, ਇਹ ਕੋਈ ਪਹਿਲੀ ਵਾਰ ਨਹੀਂ ਜਿਹੜਾ ਸਿੱਖ ਜਥੇਬੰਦੀਆਂ ਦੇ ਨਾਲ ਨੂਰ ਮਹਿਲੀਆ ਹੋਵੇ ਜਾਂ ਉਹ ਸਰਸੇ ਵਾਲਾ ਸਾਧ ਹੋਵੇ, ਇਹ ਕੋਈ ਪਹਿਲਾ ਚਾਂਸ ਨਹੀਂ ਗਾ ਵੀ ਜਿਹੜਾ ਸਿੰਘਾਂ ਦੇ ਨਾਲ ਇਹਨਾਂ ਦਾ ਟਾਕਰਾ ਹੋਇਆ। ਇਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਜਿਹੜੀ ਆ ਉਹਨੂੰ ਤੋਰ ਮਰੋੜ ਕੇ ਪੇਸ਼ ਕਰਦੇ ਆ, ਅਤੇ ਆਪਣਾ ਡੇਰਾ ਚਲਾਉਣ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਾਣੀ ਦੀ ਵਰਤੋਂ ਕਰਦੇ ਆ, ਅਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀਆਂ ਬਾਣੀ ਦੀਆਂ ਕੁਝ ਪੰਕਤੀਆਂ ਜਿਹੜੀਆਂ ਆਪਣੇ ਉੱਤੇ ਲਾ ਕੇ ਅਤੇ ਆਪਣਾ ਡੇਰਾ ਚਲਾਉਣ ਦੀ ਕੋਸ਼ਿਸ਼ ਕਰਦੇ ਆ, ਕੋਸ਼ਿਸ਼ ਕਰਦੇ ਨਹੀਂ ਕਰ ਰਹੇ ਆ। ਔਰ ਇਹਨਾਂ ਦੇ ਡੇਰਿਆਂ ਦੇ ਵਿੱਚ ਜੋ ਕੁਛ ਚੱਲ ਰਿਹਾ ਉਹ ਪ੍ਰਸ਼ਾਸਨ ਚੰਗੀ ਤਰ੍ਹਾਂ ਇਹਨਾਂ ਕੰਮਾਂ ਤੋਂ ਜਾਣੂਗਾ, ਕਿਉਂਕਿ ਰਾਮ ਰਹੀਮ ਦਾ ਜਿਹੜਾ ਅੱਜ ਦਾ ਨਹੀਂ, ਇਹ 10 ਸਾਲ ਪਹਿਲਾਂ ਦੀ ਜਿਹੜੀ ਗੱਲ, ਅੱਜ ਤੋਂ 15 ਸਾਲ ਪਹਿਲਾਂ 2002 ਦੇ ਵਿੱਚ ਇਹਦੇ ਉੱਤੇ ਜਿਹੜਾ ਕੇਸ ਜਿਹੜਾ ਹੋਇਆ ਸੀਗਾ ਅਤੇ 15 ਸਾਲ ਬਾਅਦ ਉਹਦਾ ਫੈਸਲਾ ਆਇਆ, ਅਤੇ ਇੰਨਾ ਲੰਬਾ ਸਮਾਂ ਜਿਹੜਾ ਵਾ ਉਹਦੀ ਪੁੱਛਗਿੱਛ ਚੱਲਦੀ ਰਹੀ ਜਦੋਂ ਕਿ ਸਾਰੇ ਸਬੂਤ ਜਿਹੜੇ ਸਾਹਮਣੇ ਸੀ ਉਹਦੇ। ਸੋ ਗੱਲ ਕਰੀਏ ਜੇ ਇਹ ਨੂਰ ਮਹਿਲੀਆ ਦੀ ਲਾਈਟਾਂ ਵਾਲੇ ਬਾਬੇ ਦੀ, ਅਤੇ ਇਹਦੀ ਜਿਹੜਾ ਪਿਛੋਕੜ ਆ ਇਹਦਾ ਸਾਰਾ ਹੀ, ਪਹਿਲਾਂ ਇੱਕ ਖਾਲਸਾ ਪੰਚਾਇਤ ਬਣੀ ਸੀਗੀ, ਉਹਨਾਂ ਨੇ ਵੀ ਇਹਦੇ ਜਿਹੜੇ ਪਰਚੇ ਸੀਗੇ ਪੰਪਲੇਟ ਬਣਾ ਕੇ ਵੰਡੇ ਸੀ, ਇਹਦੀਆਂ ਕਰਤੂਤਾਂ ਦੱਸੀਆਂ ਸੀ ਵੀ ਇਹ ਦੁਰਭੰਗੇ ਕਾਲਜ ਵਿੱਚ ਕਿੱਦਾਂ ਪੜ੍ਹਦਾ ਸੀ, ਇਹ ਆਸ਼ੂਤੋਸ਼ ਉੱਥੇ ਕਿਸੇ ਲੜਕੀ ਨੂੰ ਗਰਭਵਤੀ ਕੀਤਾ, ਉਹਨਾਂ ਨੇ ਸਕੂਲ 'ਚੋਂ ਬਾਹਰ ਕੱਢਿਆ, ਦਿੱਲੀ ਚੜ੍ਹ ਕੇ ਕੇਲੇ ਵੇਚਦਾ ਰਿਹਾ, ਸਭ ਕੁਛ ਇਹਦਾ ਜਿਹੜੀ ਅਸਲੀਅਤ ਆ ਉਹ ਸਾਹਮਣੇ ਆ। ਔਰ ਦੇਸੀ ਦਵਾਈਆਂ ਦੇ ਨਾਂ 'ਤੇ ਇਹਨੇ ਨੂਰ ਮਹਿਲ ਦੇ ਵਿੱਚ ਇੱਕ ਜਿਹੜਾ ਡੇਰਾ ਆਪਣਾ ਉਹ ਕਾਇਮ ਕੀਤਾ, ਅਤੇ ਮੰਦਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਜਾਂ ਚਰਚਾਂ ਦੇ ਵਿੱਚ ਆਪਾਂ ਕੋਈ ਕਹਿ ਸਕਦੇ ਹਾਂ ਵੀ ਉੱਥੇ ਕੋਈ ਸੀਮਿੰਟ ਚੜ੍ਹਾ ਦੇ, ਕੋਈ ਸਰੀਆ ਚੜ੍ਹਾ ਦੇ, ਕੋਈ ਦਾਲਾਂ ਸਬਜ਼ੀਆਂ ਲੰਗਰ ਦੇ ਵਿੱਚ ਚੱਲਣ, ਇਹ ਤਾਂ ਗੱਲ ਮੰਨ ਲਈ, ਪਰ ਕੁਆਰੀਆਂ ਕੁੜੀਆਂ ਡੇਰਿਆਂ 'ਤੇ ਚੜ੍ਹਦੀਆਂ ਮੈਂ ਨਹੀਂ ਸੀ ਵੇਖੀਆਂ। ਸੋ ਇਹ ਜਿਹੜੀ ਸਰਸ ਇਹਦੀ ਨੂਰ ਮਹਿਲੀਆ ਦੀ ਗੱਲ ਆ, ਇਹਦੇ ਡੇਰੇ 'ਤੇ ਵੀ ਕੁਆਰੀਆਂ ਕੁੜੀਆਂ ਜਿਨ੍ਹਾਂ ਨੂੰ ਇਹਨੇ ਕਿਹਾ ਜੀ ਮੈਂ ਸਾਧਵੀ ਹਾਂ, ਅਤੇ ਉਹਨਾਂ ਦਾ ਜੌਣ ਸ਼ੋਸ਼ਣ ਉਸ ਡੇਰੇ ਦੇ ਵਿੱਚ ਹੁੰਦਾ, ਅਤੇ ਤਕਰੀਬਨ ਇਹ ਸਾਡੇ ਲੋਕਾਂ ਨੂੰ ਗੁੰਮਰਾਹ ਕਰਕੇ, ਕਿਉਂਕਿ ਸਾਡੇ ਭੋਲੇ ਭਾਲੇ ਜਿਹੜੇ ਲੋਕ ਆ ਇਹ ਤਲੀ 'ਤੇ ਸਰੋਂ ਜਮਾਉਣਾ ਚਾਹੁੰਦੇ ਆ, ਇਹ ਜਦੋਂ ਕੋਈ ਦੁੱਖ ਤਕਲੀਫ ਹੁੰਦਾ ਉੱਠ ਕੇ ਡੇਰਿਆਂ ਵੱਲ ਨੂੰ ਤੁਰ ਪੈਂਦੇ ਆ, ਇਹਨਾਂ ਨੇ ਸ਼ੈੱਡ ਡੇਰੇ ਦੇ ਵਿੱਚ ਇੰਟਰ ਹੋ ਕੇ ਇੱਕ ਸ਼ੈੱਡ ਦੇ ਵਿੱਚ ਜਾਣਾ ਹੁੰਦਾ, ਉਹ ਸ਼ੈੱਡ ਦੇ ਵਿੱਚੋਂ ਉਹਨਾਂ ਇਹਨਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣ ਕੇ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਕਥਨ ਹੈ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜਿਹੇ ਪ੍ਰੀਤ ਨਹੀਂ ਭਗਵੰਤ, ਇਹਨਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣ ਕੇ ਉਹ ਸ਼ੈੱਡ ਦੇ ਵਿੱਚੋਂ ਜਿੱਥੇ ਬਹਿੰਦੇ ਨੇ ਜਾ ਕੇ, ਜਿੱਥੇ ਇਹਨਾਂ ਦਾ ਕੂੜ ਪ੍ਰਚਾਰ ਹੁੰਦਾ, ਕੁਸੰਗਤ ਹੁੰਦੀ ਹੈ, ਉੱਥੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਸੰਗਤ ਨੂੰ ਮੰਗਰ ਲਾ ਕੇ ਭਰਮਾ ਕੇ ਅਤੇ ਆਪਣੇ ਪਿੱਛੇ ਲਾਉਂਦੇ ਨੇ, ਅਤੇ ਉਹਨਾਂ ਦੇ ਪੈਸ਼ਿਆਂ ਦੇ ਉੱਤੇ ਹੀ ਐਸ਼ ਕਰਦੇ ਆ, ਸੋਹਣੀਆਂ ਸੋਹਣੀਆਂ ਇਹਨਾਂ ਦੀਆਂ ਗੱਡੀਆਂ, ਸੋਹਣੇ ਇਹਨਾਂ ਨੇ ਗਨਮੈਨ ਰੱਖੇ ਹੋਏ ਆ, ਅਤੇ ਸਾਡੇ ਲੋਕਾਂ ਨੂੰ ਗੁੰਮਰਾਹ ਕਰਕੇ ਸਾਡੇ ਧਰਮਾਂ ਦੇ ਉਲਟ ਖਿਲਾਫ਼ ਬੋਲ ਕੇ ਅਤੇ ਲੋਕਾਂ ਨੂੰ ਇਹ ਆਪਣੇ ਮਗਰ ਲਾਉਂਦੇ ਆ। ਔਰ ਜਿਹੜੀ ਜਾਗਦੀ ਜ਼ਮੀਰ ਵਾਲੇ ਸਿੰਘ ਨੇ, ਜੇ ਗੱਲ ਕਰੀਏ ਧੰਨ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੀ, ਇਹ ਭਾਈ ਸਾਹਿਬ ਭਾਈ ਤਲੋਜਨ ਸਿੰਘ ਹੋਣਾ ਨੇ ਹੁਣੇ ਤੁਹਾਡੇ ਨਾਲ ਗੱਲ ਕੀਤੀ ਆ, ਬੜੇ ਲੰਬੇ ਸਮੇਂ ਤੋਂ ਇਹ ਸੇਵਾ ਕਰਦੇ ਆ ਰਹੇ ਨੇ, ਭਾਈ ਬਲਬੀਰ ਸਿੰਘ ਮੁਸ਼ਲ ਬੜੇ ਲੰਬੇ ਸਮੇਂ ਤੋਂ ਸੇਵਾ ਕਰਦੇ ਆਏ ਆ, ਚਲੋ ਦਾਸ ਵੀ ਇੱਕ ਜੋ ਸਿੱਖ ਇਤਿਹਾਸ ਆ ਉਹ ਪੜ੍ਹਿਆ, ਅਤੇ ਜੋ ਕ੍ਰਿਤੀਆਂ ਹੁੰਦੀਆਂ ਨੇ ਥੋੜ੍ਹਾ ਜਾਗਦੀ ਜ਼ਮੀਰ ਦੇ ਨਾਲ ਪਹਿਰਾ ਦੇਈਦਾ ਜਿੱਥੇ ਵੀ ਕਿਤੇ ਬੇਅਦਬੀ ਹੁੰਦੀ ਹੈ ਜਾਂ ਕੋਈ ਗੱਲ ਸਾਹਮਣੇ ਆਉਂਦੀ ਹੈ। ਸੋ ਇਹ ਪ੍ਰਸ਼ਾਸਨ ਨੂੰ ਇਹਦੇ ਉੱਤੇ ਚੰਗੀ ਤਰ੍ਹਾਂ ਗੌਰ ਕਰਨੀ ਚਾਹੀਦੀ ਹੈ, ਧਿਆਨ ਦੇਣਾ ਚਾਹੀਦਾ, ਕਿਉਂਕਿ ਕੋਈ ਪਹਿਲੀ ਵਾਰ ਨਹੀਂ, ਬਹੁਤ ਵਾਰੀ ਸਿੱਖਾਂ ਦਾ ਅਤੇ ਨੂਰ ਮਹਿਲੀਆਂ ਦਾ ਜਿਹੜਾ ਵਾ ਉਹ ਟਾਕਰਾ ਹੋ ਚੁੱਕਾ, ਬੜੇ ਥਾਂ ਗੋਲੀ ਚੱਲ ਚੁੱਕੀ ਆ, ਬੜੇ ਥਾਂ ਖੂਨ ਖਰਾਬ ਹੋ ਚੁੱਕਿਆ। ਮੈਨੂੰ ਨਹੀਂ ਪਤਾ ਵੀ ਇਹ ਪ੍ਰਸ਼ਾਸਨ ਦੀਆਂ ਜਿਹੜੀਆਂ ਅੱਖਾਂ ਵਾ ਇਹ ਕਦੋਂ ਖੁੱਲਣੀਆਂ ਵਾ, ਇਹਨੇ ਗਹਿਰੀ ਕੁੰਭ ਕਰਨੀ, ਸੁੱਤੀ ਨੀਂਦ ਦੇ ਵਿੱਚੋਂ ਕਦੋਂ ਜਾਗਣਾ ਪ੍ਰਸ਼ਾਸਨ ਨੇ। ਥੋੜ੍ਹੇ 5 ਸਕਿੰਟ ਦਾ ਟਾਈਮ ਸੀ ਜਿੱਥੇ ਸਿੰਘਾਂ ਦੇ ਨਾਲ ਝੜਪ ਹੁੰਦੀ ਆ, ਉਹ ਜਿੱਥੇ ਆਣ ਕੇ ਸਤਿਕਾਰ ਕਮੇਟੀ ਵਾਲੇ ਸਿੰਘਾਂ ਦੀਆਂ ਗੱਡੀਆਂ ਭਾਂਦੇ ਆ, ਉਹਨਾਂ ਨੇ ਆਣ ਕੇ ਕੋਈ ਸ਼ਾਂਤਮਈ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸਿੰਘਾਂ ਨੇ ਜਿਹੜੇ ਉਹਨਾਂ ਦੇ ਪੇਰੇ ਸ਼ਾਹ ਪਿੰਡ ਦੇ ਉੱਤੋਂ 2 ਮੁੰਡਿਆਂ ਨੂੰ ਫੜਿਆ, ਸਿੱਖੀ ਬਾਣਿਆਂ ਦੇ ਵਿੱਚ ਦਮਾਲੇ ਸਜਾ ਕੇ, ਇਹ ਇੱਦਾਂ ਇਕੱਲੇ ਬਾਣੇ ਸਜਾ ਕੇ ਪਿੰਡਾਂ 'ਚ ਨਹੀਂ ਜਾਂਦੇ, ਬਲਕਿ ਇਹਨਾਂ ਨੇ ਚਿੱਟੇ ਪਜਾਮੇ ਕੁੜਤੇ ਪਵਾ ਕੇ ਬਜ਼ੁਰਗਾਂ ਨੂੰ ਸਾਈਕਲ ਦੇ ਕੇ, ਅਤੇ ਜਿੱਦਾਂ ਗੁਰੂ ਘਰਾਂ ਦੇ ਵਿੱਚੋਂ ਦੁੱਧ ਲੈਣ ਪ੍ਰਸ਼ਾਦੇ ਲੈਣ ਜਾਂਦੇ ਆ ਪਿੰਡਾਂ ਦੇ ਵਿੱਚ, ਗੁਰੂ ਘਰਾਂ ਤੋਂ ਗਾਜੀ ਜਾਂਦੇ ਆ, ਇਸੇ ਤਰ੍ਹਾਂ ਇਹਨਾਂ ਨੇ ਡਾਲੀ ਵਾਲੇ ਵੀ ਲਾਏ ਆ, ਉਹਨਾਂ ਦੇ ਉੱਤੋਂ ਦੀ ਲੋਕਾਂ ਨੂੰ ਦਿਖਾਉਣ ਵਾਸਤੇ ਕਿਰਪਾਨਾਂ ਚਿੱਟੇ ਪਜਾਮੇ ਕੁੜਤੇ ਅਤੇ ਗੋਲ ਦਸਤਾਰਾਂ ਸਿਰਾਂ 'ਤੇ ਸਜਾ ਕੇ, ਲੋਕਾਂ ਦੇ ਘਰ ਦੇ ਵਿੱਚ ਆਵਾਜ਼ ਵੀ ਸਤਨਾਮ ਵਾਹਿਗੁਰੂ ਦੀ ਆਵਾਜ਼ ਦੇ ਕੇ ਉੱਥੇ ਬੁਲਾਇਆ ਜਾਂਦਾ ਘਰ ਵਾਲਿਆਂ ਨੂੰ, ਅਤੇ ਉਹ ਸਮਝਦੇ ਨੇ ਕਿ ਗੁਰੂ ਘਰ ਤੋਂ ਬਾਬਾ ਆਇਆ ਦੁੱਧ ਪ੍ਰਸ਼ਾਦੇ ਲੈਣ ਵਾਸਤੇ, ਅਤੇ ਇਹ ਗੁਰੂ ਘਰ ਦੇ ਨਾਂ 'ਤੇ ਕੇਵਲ ਗ੍ਰਾਹੀਆਂ ਹੀ ਨਹੀਂ ਇਹਨਾਂ ਨੇ ਕਰਨੀਆਂ ਸ਼ੁਰੂ ਇਕੱਠੀਆਂ ਕੀਤੀਆਂ, ਇਹ ਬਹਿ ਰੂਪੀਏ ਬਣ ਕੇ ਦਮਾਲੇ ਸਜਾ ਕੇ, ਕਿਉਂਕਿ ਸਾਡੀ ਕਿਰਪਾਨ ਕੋਈ ਵੀ ਬਾਜ਼ਾਰ ਦੇ ਵਿੱਚੋਂ ਖਰੀਦ ਸਕਦਾ, ਕਿਸੇ ਦੇ ਉੱਤੇ ਕੋਈ ਪਾਬੰਦੀ ਨਹੀਂ। ਜਿੱਦਾਂ ਥਾਣੇਦਾਰ ਦੀ ਵਰਦੀ 200 ਰੁਪਏ ਦੇ ਵਿੱਚ ਮਿਲ ਜਾਂਦੀ ਹੈ, ਕੋਈ ਡਰਾਮੇ ਵਾਲਾ ਕਿਰਾਏ 'ਤੇ ਲੈ ਲੈਂਦਾ, ਉਹ
जिन्हां ने सिरां दे उत्ते दमाले सजाए थले दाढ़ी उदां रखी जां कई मोने उत्ते दमाले सजाए इदां दे बड़े बंदे कारवाइयां करदे फड़े गए। सो सिखी दे भेष दे विच बहरूपीए ने जिहड़े लोकां नूं गुमराह करके ते अपने पिछे लाउंदे आ ते इह सिखां दीआं जिहड़ीआं भावनावां क्योंकि धन गुरु तेग बहादुर पातशाह कहिंदे भै काहूं को देत नह नह भै मान तान। सो जिहड़े जागदी जमीर वाले सिंह आ गुरु साहब दे आसे मुताबक जाओ तो प्रेम खिलण का चाओ सिर धर तली गली मरी आओ जिथे इन्हां नूं धर्म की बेदबी दिखदी है कितें भी साढ़े गुरु साहिबाना के खिलाफ बोलिया जा रहा साढ़े गुरु साहिबाना की बाबत मंदा मंदी शब्दावली वरती जाती है जां धन गुरु ग्रंथ साहिब पातशाह की बाणी नूं तोड़ मरोड़ के एक बंदे दे उत्ते लाया जाना गुरु ग्रंथ साहब की बाणी दीयां पंक्तियां नूं तोड़ मरोड़ के एक बंदे दे बाबत बखियान करना ये जिहड़ियां चीज़ां वा ये जिहड़े जागदी जमीर वाले सिंह आ जिहड़े इतिहास तों जाणू आ उहनां को बर्दाश्त नहीं हुंदा ते फिर किते ना किते उह जदों इहनां नूं घेरदे इहनां दा सामना हुंदा टाकरा हुंदा ते उत्थे जिहड़ा तकरार आ वध जांदा ये गुरु जिन्हां का अंधला सिख भी अंधे कर्म करेण ये जिन्हां दा गुरु अन्ना है उहनां दे चेलियां ने कित्थों उहनां नूं सही दिशा निर्देश मिलनी है। इस करके इहनां दे गुरुआं ने जो इहनां नूं ज्ञान दित्ता जिहड़ी जिहड़े गुंडे बणे ने पंचकूला दे विच लोकां दीआं प्रॉपर्टियां नूं अग ला दित्ती गड्डियां साड़ दित्तियां गईआं वो सरसे साध दे चेले सी इत्थे सत्कार कमेटी दीआं गड्डियां भन दित्तियां बाहर खलोतियां आण के कृपानां चलाईआं रोड़े मारे इट्टे मारे कुछ वेख्या नहीं पी अगे किहदे वजदा जाके किहदे मूँह मत्थे ते वजदा हो सकदा भी जिहदे नाल साडी लड़ाई है उहदे नाल ते साडा तकरार है ही ते जदों असीं अन्ने वाह हो के कृपाना चलाउंदे आ ते अन्ने वाह हो के असीं गड्डियां भन्दे आ उदों किसे बेकसूर दे भी सट लग सकदी आ बेकसूर बंदा जान तों वी हथ धो के बह सकदा है। सो किते ना किते जिहड़ा प्रशासन आ इहनूं जागण दी लोड़ आ इह जिहड़े डेरियां वाले आ इह जदों चले सी ते इहनां दे उत्ते उदों कारवाई होणी चाहीदी सी हुण इहनां दे बाबत कई चीज़ां जिहड़ियां वा नूरमहल दीआं डेरे दीआं सामणे आईआं बड़ी थाईं मलोट गोली चली लुधियाणे गोली चली जदों दरबारा सिंह जिहड़ा वा उह जोधपुर गोली चली भाई अमरीक सिंह होणां दे गोलियां लगियां जिहड़े कौमी जथेदार ने इस वेले तख्त श्री केसगढ़ साहब दे भाई अमरीक सिंह जी सरबत खालसा वालों थापे गए उहनां दे नाल भी इहनां दी झड़प होई ते इहनां ने सिधियां गोलियां क्योंकि अजे सिंघां कोल ते कृपानां ही हुंदियां जिहड़े कलगीधर पातशाह ने सानूं रवायती शस्त्र दित्ते आ ते इहनां दे कोल गोलियां ते इहनां कोल दो नंबर दे हथियार जिहड़े इहनां ने अपने डेरियां दे विच गुंडे पाले होए आ। सो इह जिहड़ी ज्ञान दी आपां गल करीए गुरु दे ज्ञान तों बहुत ज़्यादा वांझे ने सिर्फ ऐश प्रस्ती करन वास्ते ते अजाशी करन वास्ते इन्होंने डेरे को तुहाडी मैं गल रोकदा वां इह केवल सत्कार कमेटी रह गई है कम्मां रोकण वास्ते अजे तक तीन दिन हो चुके आ होर किसी भी जथेबंदी का होर किसी भी संस्था का कोई बयान नहीं आया क्योंकि एक पासे नूर मैलीए दे गुंडे कह सकते हैं दूजे पासे सत्कार कमेटी तो जिहड़े सिंह भी साडे नाल बैठे हैगे उह गल्लबात उहनां दस्सी हैगी आ केवल सत्कार कमेटी तो अलावा इहदे वास्ते होर कोई भी अजे तक बयान जां कोई गल्लबात नहीं होई। मैं इहदे उत्ते तुहानूं एक बड़ी वड्डी इतिहासक जिहड़ी गल तुहाडे नाल सांझी करूंगा क्योंकि तख्त श्री केसगढ़ साहब आनंदपुर साहब की धरती से जदों कलगीधर पातशाह ने खालसा पंथ की साजना की सी ते बहुत संगत दा उत्थे इकट्ठ सी उहदे विचों सिर्फ पंज सिंघ जिहड़े सी उठे सी जदों महाराज ने सिरां दी मंग की सी। सो इह जिहड़ी सत्कार कमेटी आ जदों इहनां ने शुरुआत की आ ते बड़ी थाई इन्हां नूं लड़ना पिया वा बड़ी थाई इन्हां नूं परचे करा के जेलां च भी जाना पिया वा ते हुण तक मतलब लोक जिहड़े आ इन्हां नूं क्योंकि सारे सज्जण नहीं ते सारे मित्र नहीं इस करके जिहड़े साडे खिलाफ़ ने उह सत्कार कमेटी नूं हुण वी माड़ा चंगा जिहड़ा बोलदे आ बड़ा कुछ कहिंदे आ। सो इह इक इन्हां दा जिथे पिछले दिनी आपां वेखीए किन्नियां धन गुरु ग्रंथ साहिब पातशाह दीआं बेनबियां होईआं एक सत्कार कमेटी ही हुण तक जिथे किते पता लगता कि किसी के घर दे विच धन गुरु ग्रंथ साहिब की बेदबी हो रही है जां किते पता लगता कि किसी सिख की दस्तार नूं हाथ पाया गया किसी बीड़ी पीण वाले वालों जां जिहड़ा सिखी तो कोहां दूर आ जिहदा कोई सिखी नाल लैणा देणा नहीं उह सिख दे साबत सूर सिख की दाढ़ी नूं हाथ पाउंदा केसां नूं हाथ पाउंदा किते ना किते मतलब जां सिख दे ककारां दे उत्ते कमेंट करदा है ते उत्थे जिहड़े जागदी जमीर वाले सिंह आ जिहड़े इतिहास तों जाणू आ जिन्हां ने पढ़िया कि साडे गुरु साहिबान ने 14 जंगां जिहड़ियां लड़ियां धन गुरु गोबिंद सिंह पातशाह ने ये गुलामी गलों लाउण वास्ते। सो ये जागदी जमीर वाले सिंह जिहड़े ने इहनां दा प्यार आ ला लो गुरु घर दे नाल ते कुछ गुरु साहिब दी बख्शिश आ मेहर आ ते इह कोई विरले ही सिंह हुंदे ने जिहड़े मतलब हैन प्रशासन तों मंग इही रखदे आ कि प्रशासन ना हमेशा साडे नाल ते धक्का ही हुंदा आया हुण तक सिख कौम नाल तुसीं प्रातन 84 तों लै लो हुण तक साडे जिहड़े सज्जण ने गुरमुख प्यारे ने जिन्हां दे परिवार साड़े गए जिन्हां दे गलां दे विच टायर पा के साड़िया गया हुण तक इंसाफ वास्ते तुरे फिरदे आ सिख कौम नूं ते कदी इंसाफ मिलिया ही नहीं हुण तक नहीं मिलिया। जे गल करिए सत्कार कमेटी दे सिंघां दी होण वाले ताजे मसले दी जिथे आपां जिहदे वास्ते आपां अज इत्थे इकट्ठे होए आं उह मसला इह आ भी इक पासड़ जिहड़ी आ उह कारवाई आ प्रशासन वल्लों कीती गई आ
पुलिस वालों इतों तक खबर आ रही ने उतों दुकानदार कई दसते हैं भी पुलिस वाले ने कह के कोल खलो के जिदा को रंजिशबाजी होंगी सत्कार कमेटी नाल कह के भी गड्डिया बनवाइया ने हौलदार ने एक ने लागे घर वाले दुकाना वाले दसते हैं कि हौलदार ने कहा इन्हों गड्डिया भनो ये लोगों को बड़ा तंग करते परेशान करते परेशान कोई नहीं करते जिते लोग गुरु ग्रंथ साहब की मर्यादा तो उल्ट जाते कलगीधर पातशाह की मर्यादा तो उल्ट जाते भावें धन गुरु ग्रंथ साहब किसी गुरद्वारा साहब विखे प्रकाशमान हो जे उत्थे किते बेदबी हुंदी आ उत्थे भी सिंघ पहुँचदे आ जे किसी के घर कोई धन गुरु ग्रंथ साहब का प्रकाश करके तो उत्थे शराबा कबाबा मीट के दौर चलाउंदा उत्थे पता लगता तो उत्थे भी सत्कार कमेटी जिहड़ी पहुँचती है। सो कहण तो भाव कि सत्कार कमेटी हुण तक प्रशासन नूं नाल लै के काम करती रही आ साडे कोल वीडियो पईआं ने साडे कोल सबूत पए ने असीं सबूतां तत्थां दे आधार ते गल करांगे भी जिहड़ियां हुण तक कारवाइयां सत्कार कमेटी ने कीतीआं प्रशासन नूं नाल लै के कीतीआं प्रशासन नूं भरोसे 'च लै के कीतीआं सत्कार कमेटी कोई कानून नूं हत्थ 'च लैण वाला काम नहीं करदी सत्कार कमेटी प्रशासन के नाल चलती है प्रशासन नूं दस के जिहड़े इलाके दे विच कोई कार्रवाई करनी हुंदी आ संबंधित थाने नूं सूचित किया जाता भी इत्थे आ मनमत हो रही है तो असीं जाणा अकाल तख्त की मर्यादा की कापियां साडे कोल हुंदियां परचे साडे कोल हुंदे आ जो अकाल तख्त साहब तो मर्यादा लागू आ उहदे आधार दे उत्ते सत्कार कमेटी काम करती आ सेवा करती आ गुरु साहिबान दे दसे मार्ग ते चल के ते जिहड़ा प्रशासन आ इह किते ना किते इहनां नूं कट्टड़वादी कहिंदा कह लो जां सानू गर्म ख्याली कह लो इदां दे मतलब जिहड़े आ इह सानू दस्सिया जांदा जदों कि गल करी आ भी धर्म निरपक्ष हां धर्म की जिहड़ा इज्जत करदे आ असीं साडे गुरु साहिबानां ने इत्थे सिंघां ने खोपड़ियां लवा लईआं आरे तन दे उत्ते चल गए बच्चिआं ने बच्चिआं दे टोटे टोटे करवा के बीबीआं ने गलां दे विच हार पवाए सिखी इन्हीं कुरबानियां तों बाद जिहड़ी आई आ सामणे। सो इह अपने धर्म की ते दूजे दे धर्म की भी हुण तक राखी करदे आ सिख सिख अमन शांति दे पैरोकार ने और शांति रखना चाहते हैं पर जिथे कितने सिख के धर्म की गल आती है उत्थे सिख नूं जदों गल करनी पैंदी है जदों उत्थे नहीं गल बनदी ते फिर किते ना किते जिहड़ा तकरारबाजी जदों सामने आ जांदी है ते फिर इह सत्कार कमेटी वाले सिंघां नूं गर्म ख्याली ते हुलड़बाजी कह के भी बुलाया जांदा है जदों कि सत्कार कमेटी जिहड़ी इक अपने धर्म की राखी करन वास्ते गुरु साहिबानां दी बेदबियां नूं रोकण वास्ते किसी सिख की दस्तार नूं किसी सिख की कृपान नूं कोई हथ ना पावे उहदी दाढ़ी नूं हथ ना पावे इन्हां चीज़ां नूं रोकण वास्ते सत्कार कमेटी जिहड़ी होनी चाहिए आ गरीब ते मजलूम की राखी करदी आ जिहड़ी मर्यादा कलगीधर पातशाह ने दसी सी भी किसी गरीब की तो मजलूम की किसी की धी भैन की इज्जत की राखी करनी ये किसी की धी भैन कोई जबरदस्ती तंग करता हो भी मसले जोड़े आ सत्कार कमेटी के कोल आन तो सत्कार कमेटी प्रशासन लैके कार्रवाई करती है सत्कार कमेटी कोई माड़ा कर्म नहीं करती ये भुलड़ लोग ने जिन्होंने सत्कार कमेटी के नाल विचरे नहीं जोड़े लोग फेसबुक पर कमेंट करते हैं वट्सअप से वध घट सत्कार कमेटी के खिलाफ बोलते हैं वो सिर्फ इन्ह दारवाइया तो जाणू नहीं आपां भुलड़ कह सकते हैं बाकी प्रशासन तो यही मंग है जिहड़ा तुसीं सवाल कीता कि प्रशासन नूं सारी इनकुआरी करके ते जिहड़ा सच दा फैसला वह करना चाहिए जिहड़ी एक पासे इन्हां ने कार्रवाई की है मैं कहिंदा प्रशासन ने पोलिटिकल दबाव दे हेठ भी पहलां उह बंदिआं नूं थाने भेजा जांदा पिंड पैरोशाह तों ते फिर वह सत्कार कमेटी वाले सिंघ अजे थाने नहीं पहुँचदे ते उहनां बंदिआं नूं किसे दे फोन ते छड्ड दित्ता जांदा इहदा कारण इही है कि पुलिस ने पोलिटिकल दबाव दे विच किसे नूं खुश करन वास्ते उन्हां बंदिआं नूं छड्डिआ किसे दे फोन दे उत्ते ते सत्कार कमेटी ने उन्हां बंदिआं दे उत्ते कार्रवाई कराउण दी जदों गल कीती ते उत्थे जिहड़े पहलां तों 30-40 बंदे इकट्ठे होए सी उन्हां ने सत्कार कमेटी दीआं गड्डियां भरनियां शुरू करतीआं ते सिंघां ते हमला कर दित्ता जदों कि सत्कार कमेटी दे सिंघ जिहड़े सी ओह शांतिपूर्वक जिहड़ी गल्लबात कर रहे सी। भाई रणजीत सिंह सत्कार कमेटी तो विस्थार ज दस चुके कि सत्कार कमेटी किवें होंद विच आई की गतिविधियां ने हमेशा प्रशासन नूं नाल लिया जांदा जदों कि गलबात हुंदी आ प्रशासन नूं नाल लै गलबात की जाती है पर यह तो होया सारे प्रशासन के सामने आ ये तो होया ही प्रशासन के उस घर के घुमान ठाणे की गल हैगी जिथों कुछ सैकंड का समा लगता है तो जे आप फोटो की गल करते हैं तो वीडियो की गल करते हैं वो वीडियो के भी प्रशासन के कुछ वीर विखाई दे रहे जिते कृपाना चलदिया है जो गड्डिया की भनतोड़ हो रही होंगी उस टाइम के उत्ते प्रशासन भी मौजूद सी पर क्यों आनाकानी की गई क्यों नहीं रोकया गया इस शरेआम गुंडागर्दी तो क्यों बाद पासड़ परचे किए गए इन वीर वालों तो यो मंग हैगी कि परचे इधर भी होने चाहिए आ जिहड़े कि अजे तक कोई पुछण वास्ते भी नहीं आया हो सकता अज तीसरा दिन हैगा तीसरे दिन की शाम तक कोई कार्रवाई होंगी है तो अकाल चैनल के जरिए जरूर तुहानू अपडेट दिंदे रहांगे पिंड दे विच पेरोशा तो पेरोशा तो बाद जिहड़ी घटना वापरी सी घुमान थाने दे लागे बिल्कुल नाल 5 सैकंड का लगभग समा लगता है जो उत्थे पहुँचना हो प्रशासन प्रशासन भी उस टाइम के विच सी जदों सारा लड़ाई झगड़ा हो रहा है। परमजीत सिंह काले साडे नाल जुड़ चुके पहले फतेह सांझ बने वीर जी वाहेगुरू वाहेगुरू जी का खालसा वाहेगुरू जी की फतेह जी घटना बारे तुसीं सुन चुके हो वीर जी दस चुके सारा कुछ की वापरिया तो उहदे विच उहनां एक प्रश्न चिन्ह लगता हैगा कि जे नूर मेली दे डेरे तो निकले हुए पैरोकार दस्तारां सजा के कृपाना पा के
तो वह रूप थोड़े तो सजा लैन के वह कि संगत को कि पता लगेगा कि यह की कार्रवाइया हो रही हैं। बिल्कुल भाई साहब, सानू पे देखना पेगा भी जो इस तरह के बैरूपीए बन के जिमें भाई साहब ने कहा भी हो सकता से भी बेअदबी भी कर सकते थे तो वह बदनामी सिखा की होनी सी भी सिख चेहरे सामने आने से भी इन्होंने खुद बेअदबी कर रहे हैं, पर जे सिखा पता लग गया दर्द लैके रोकन गए ने तो वो उन्होंने कानून हाथ नहीं लिया, उन्होंने खुद कानून को फोन कराया भी प्रशासन आए, प्रशासन आके साथ दे तो इन्होंने दोषियों को फड़िया जाए, प्रशासन नहीं आया, उन्होंने भी प्रशासन को फड़ के लैके गए ने बंदे कोई आप नाल लैके गए ने कोई आप कार्रवाई नहीं गलत करी है ना जो कानून हाथ लिया हो फिर उत्थे जो लैके गए सिंह के मुताबिक जो सुन रहे हो भी उन्होंने उल्टा इन सिंह से हमला कर दिता इन्हों गड्डियां भी भनिया फिर उत्थे प्रशासन कितने खड़ा सी प्रशासन बिल्कुल कोल खड़ा उन्होंने काम करवा रहा सारा। सो सानू यह वेखना पऊ जी जथेबंदियां जिहड़ियां ने जिहड़ियां गुरु दर्द लैके तुरदियां ने सरकार कमेटी सिंह ने इन्हां दे सट्टां लगियां ने गड्डियां भज्जियां ने हुण उल्टा इन्हां ते परचा 307 दा पै गया तो सानू यह देखना पैगा तो सानू सारा रल मिल के इन वीरां दा सहयोग करना चाहिए समूह सिख जथेबंदियां नू समूह जथेदारां नू सारे रल मिल के तां कि जे जिहड़े भी अजे कारण ने जिहड़े गलत अंसर है शरारत करते उन्होंने हाथ पाइए तो जे उन्होंने पिछे 40-50 पैरोकार खड़ के आके उन्हों की मदद कर सकते हैं गलत बंदियां दी असीं सही बंदियां दे पिछे क्यों नहीं खड़ते। सो साडा सारिआं दा फर्ज बनता कि असीं हर सिंह के उस पिछे खड़े खड़िए जिहड़ा भी कोई कौम की गल करता जिवें हुण श्रोमणी कमेटी की गल कर लईए साडी सरमौर संस्था वा साडे जायदार साहबान ने भावें पंथक ने भावें SGPC ने सारिआं दा फर्ज बनता। परमजीत जी इहदे विच अजे तक किसी जथेबंदी ने एक सत्कार कमेटी तो इलावा होर कोई जथेबंदी ने इस चीज़ नूं मंदभागा नहीं आख्या गया एक घनौनी साजिश रची गई उत्थे कह सकते हैं खूनी तांडव खूनी खेड खेडी गई सी उच कुछ भी हो सकता सी उधरों भी नुकसान हो सकता सी जां इधरों भी कुछ ना कुछ वध भी नुकसान हो सकता। बिल्कुल सानू पहले देखना भी पहल किन्ने कीती है उन्होंने पहल की है तो सिंह बाद च गए ने तो सिंह ने फिर ही कानून हाथ च नहीं लिया सिंह ने कानून में पहल दी है पर हुण जे सारा कुछ वर्तारा होने के बावजूद भी जिवें तुसीं कह रहे हो सत्कार कमेटी हुण तक बोलियां ने जी कोई शक नहीं जिवें झबाल सत्कार कमेटी वाले वीर ने चुगावे वाले वीर ने मैं सारे सिंह का नाम दसन की लोड़ नहीं बहुत सारा पता ही है आपां नूं सारे नूं वो सारे सिंह साथ दे रहे हैं पर सानू सारिआं दा फर्ज बनता साडियां सरमौर जथेबंदियां बहुत ने मैनूं नां लैण दी लोड़ नहीं हैगी सानू पता नहीं किसे दा सानू सारिआं दा पता। सो साडा फर्ज बनता कि असीं बोलीए असीं खड़ीए इन्हां दे सिंघां दे पिछे कोई अपनी जायदाद झगड़ा थोड़ी सी इन्हां दा आपणा कोई भी परसनल झगड़ा सी इहनां कोई कब्जा लैण गया सी अपना जमीन दा पंथक कार्ज सीगा पंथक कार्ज वास्ते जो अकाल तख्त साहब का हुक्म आ उन्हें बजा रहे हैं कि जिहड़े ये डेरे वाले नूरमैली जां सरसे वाले इन्हां दे समागम नहीं होने चाहिए पंजाब दे विच अकाल तख्त साहब का हुक्म है ना भी ये लोग प्रचार नहीं कर सकते क्योंकि अकाल तख्त साहब तो अजे कोई भी 3 दिन हो चुके आ उस पासों किसी वल्लों भी कोई मैसेज नहीं आया किसी तरह का कोई बयान नहीं आया भाई साहब अजे तक SGPC सरमौर संस्था साडी उन्होंने किसी भी जिम्मेवार व्यक्ति वालों किसी तरह का कोई बयान नहीं आया ना किसी ने पहुँच करी है सिंघां दे कोल ठीक है किसी तरह की कोई डॉक्टरी मदद या किसी तरह की कोई मदद जी नहीं अभी तक किसी ने की गई। प्रशासन तो कहो जी आस रखते प्रशासन जे आप गल करते हैं कि सानू इंसाफ की तो आपको पता ही है वो तो आस है मैं लगता नहीं भी सानू प्रशासन तो आस रखनी चाहिए है क्योंकि जी पासड़ परचे हो चुके हैं जो गल करिए नूरमैलिया वालों तो उन्होंने वालों एक भी बंदे परचा नहीं दर्ज है जो गल करते हैं सत्कार कमेटी वालों तो सत्कार कमेटी के लगभग 9 जने के परचे दर्ज है बाकी अणपछाते व्यक्ति भी उस लिखे है। बिल्कुल भाई साहब जे कानून की गल करते हैं कानून एको जहा वर्तारा करे जिन्हों वालों पहल की गई वीडियो आप देख रहे हैं सारे इंटरनेट पर वीडियो पई हुई ने वो किमें गड्डियां भन रहे हैं किमें सिंह सट्टा ला रहे हैं तो फिर उन्होंने क्यों नहीं परचा इन्हें क्यों ठीक है पहल भी उन्होंने वालों की गई परचे भी साढ़े सिंह के उत्ते होंगे ने तो कानून दी जिहड़ियां दो तरह के दो मूँह ने मैं लगता भी सारे वेखना पैना तो सानू साथ देने की लड़ है जो असं इकट्ठे होवेंगे साडा एक संगठन होगा तो मैं लगता फिर कानून भी सुनूंगा तो जे इकल्ले आखणगे भी इकल्ले लड़ाई लड़नगे अपनी परिवारक तौर पर लड़नगे परसली लड़ाई लड़नगे पिछे परिवार ही आऊगा तो फिर तो भाई कानून ने अपना काम करना ही है जो जहाँ का प्रैशर होगा। बिल्कुल जी अकाल तख्त साहब वालों जो हुक्मनामा जारी होया जो नाम चर्चावां की गल करते हैं तो इन्हां दे डेरावाद नूं आपां गल करते हैं डेरावाद कितने भी काम इहो जिहा नहीं कर सकता घिनौनियां कार्रवाइयां पर जो पिंडां दे विच इन्हां गल्लबात कीतियां सी उहदे वास्ते कोई सत्कार कमेटी दे सिंघां ने जदों जाके गल्लबात करन की कोशिश की उस तों बाद जिहड़े कि खूनी मंजर जिहड़ी खूनी होली खेडी गई सी उह घुमाण दे विच वेखी सी अकाल चैनल दे माध्यम राहीं सी दुकानदारां नाल वीरां नाल गल्लबात कीती सी ते उहनां ने सारिआं ने ही गल्लबात इहो दस्सी सी कि इहदे विच जदों लड़ाई होई सी उस टाइम दा बहुत भयानक मंजर सन देखते हैं कानून अपनी की कार्रवाई करता वा अकाल चैनल की अपडेट देंदे रहेंगे तो उस तक लई फतेह सांझ पाउंदे आ वाहिगुरू जी का खालसा वाहिगुरू जी की फतेह।